ਪਹਿਲੀ ਟੱਪ ਗਈ ਮੇਰੇ ਵੀਰਿਓ, 6 ਰਨ ਕਰਦਾ ਸ਼ੇਅਰ ਕਰਦਾ ਇੱਕ ਬਾਈ ਸਾਰੇ ਭਰਾ ਕਾਰਖਾਨੇ ਵੀ ਜ਼ਿਆਦਾ, ਆਟੋ ਵੀ ਬਾਹਲੇ ਨੇ। 4 ਰਨ ਕਰਦਾ ਸ਼ੇਅਰ ਕਰਦਾ ਮੁੰਡੇ ਲੁਧਿਆਣੇ ਵਾਲਾ ਗੌਰ ਆਇਆ ਹੋਇਆ ਬੱਲੇ ਬੱਲੇ ਕਰਵਾ ਰਿਹਾ, ਮਨਪ੍ਰੀਤ ਆ ਰਿਹਾ ਅਮਰਗੜੀਆ ਸਾਡਾ ਵੀਰ। ਅੱਛਾ, ਮਨਪ੍ਰੀਤ ਗਰਾਊਂਡ ਪਹੁੰਚ ਗਿਆ, ਡਾਕਟਰ ਹੈ ਉਹ ਭਰਾ ਸਾਡੇ ਦਰਮਿਆਨ ਪੁੱਜਣ ਜਾ ਰਿਹਾ। ਬਹੁਤ ਬਹੁਤ ਧੰਨਵਾਦ ਬਾਈ ਜੀ, ਪਹਿਲਾਂ ਕਰੋ ਕਰੋ ਇੱਕ ਸ਼ੇਅਰ ਕਰੋ ਜੀ, ਐਨਾ ਕਰੋ ਬਾਈ ਬਣੇ ਸਾਰੇ। ਦਦਹੇੜਾ ਦੇ ਸੋਲਰ ਦੀ ਟੱਕਰ, ਪਹਿਲਾ ਸੈਮੀ ਫਾਈਨਲ ਜੇਤੂ ਤੇ ਸੋਲਰ ਪਟਿਆਲਾ ਮੇਰੇ ਵਾਈਡ ਬਾਲ ਜੇਤੂ ਦਾ ਮੈਚ, ਮੁੱਲੇ ਫੱਤੇ ਦੇ ਨਾਲ ਖੇਡਿਆ ਜਾ, ਜੇਤੂ ਤੇ ਮੁੱਲਾ ਫੱਤੇ ਦੀ ਟੱਕਰ, ਸਰਾ ਲਾ ਗਿਆ ਬਾਈ 30,000 ਦੇ ਫੈਸਲੇ, ਵਾਈਡ ਬਾਲ ਅੰਪਾਇਰ ਦਾ ਫੈਸਲਾ ਵਾਈਡ ਬਾਲ। ਤੂੰ ਗਾਲ ਕਰਾ ਦੇ ਮੈਚ ਸਾਡੇ ਮਨਪ੍ਰੀਤ ਬਾਈ ਦਾ ਕਹਿੰਦੇ ਦਿਲ ਦੇ ਗਹਿਰਾਈਆਂ ਹੋਏਗਾ ਯਾਰੀ, ਕਹਿੰਦੇ ਪਟਵਾਰੀ ਹੋਣਾ ਦੇ ਨਾਲ ਰਣਜੀਤ ਕੋਲੀ ਹੋਣਾ ਦੇ ਨਾਲ ਪਿਆਰ ਹੈ ਬਾਈ ਹੁਣੀ ਕਹਿੰਦੇ ਪੁੱਜੇ ਮੇਰੇ ਵੀਰ, ਬਹੁਤ ਬਹੁਤ ਧੰਨਵਾਦ ਕਰਦੇ ਹੈ। ਮੈਚ ਬੜਾ ਜੋਗੀ ਦਾ ਖੇਡਿਆ ਜਾ ਰਿਹਾ, ਸਾਹਮਣੇ ਕਿਤੇ ਲੁਧਿਆਣੇ ਵਾਲਾ ਗੌਰ ਕਰਦਾ ਸ਼ੇਅਰ ਕਰਦਾ ਬਾਈ ਸਾਰੇ ਭਰਾ ਜਿਹੜੇ ਭਰਾ ਜੁੜੇ ਨੇ, ਲੁਧਿਆਣੇ ਦਾ ਨਾਮ ਬਦਲ ਕੇ ਰੱਖ ਦੋ ਆਟੋ ਖਾਨਾ, ਪੈਰ ਪੈਰ ਤੇ 5 ਬਾਲਾਂ 19 ਰਨ ਹੋ ਗਏ, ਪੈਰ ਤੇ ਖਾਣਾ ਲੱਗ ਰਹੀ ਟੱਪਦੀ, ਸਾਧੋ ਫੇੜੀ ਦੇ ਅੱਡੇ ਦੇ ਉੱਤਰ ਜਾਣਾ ਤੇ ਚੱਪੜਾਂ ਦੀ ਚੱਲੀ ਨਾਲ ਸਾਧੋ ਫੇੜੀ ਵਾਲੇ ਕਮਾਉਣਗੇ ਦੁਪਹਿਰ ਦਾ ਖਾਣਾ, ਚੱਪੜਾਂ ਦੀ ਚਟਨੀ ਨਾਲ ਸਾਧੋ ਫੇਰੀ ਚੱਪੜਾਂ ਵੀ ਚਟਨੀ ਬਣਾਈ ਆ, ਸੰਧੂ ਗਿਰਦਾ ਗਿਰਦਾ ਬਾਲ ਪਾ ਗਿਆ, 1 ਓਵਰ 19 ਰਨ ਹੀ
ਨਹੀਂ ਹੋਵੇ ਹੁਣ ਕੋਈ ਪਸੰਦ ਨਹੀਂ ਕਰਦਾ ਸੋਹੀ ਦਾ ਵੀਰੇ ਜੇਤੂ ਦਾ ਮੈਚ ਹੋਣਾ ਮੁੱਲਾ ਵੱਦਾ ਨਾਲ ਮੌਜੇ ਨੂੰ ਬੈਸਟ ਆਲ ਲੱਗ ਕਰ ਰਹੇ ਨੇ ਬਾਈ ਮੌਜਾ 19 ਰਨ ਹੋ ਗਏ 19 ਆ ਜਾਣ ਕੇ ਮਾਰ ਕਮੈਂਟ ਚ ਕੋਈ ਕਹਿੰਦੇ ਜਿਆਦਾ ਬੋਲਦਾ ਕਰ ਦੋ ਸ਼ੇਅਰ ਕਰ ਦੋ ਨਾਮ ਵੱਡਾ ਪਟਿਆਲੇ ਜਿਹਨਾਂ ਦੀ ਟੀਮ ਖੇਡਦੀ ਨਜ਼ਰ ਆ ਰਹੀ ਹੈ ਦੂਜੇ ਪਾਸੇ ਨੌਹਰੇ ਪਿੰਡ ਵਾਲਾ ਦੂਸਰੇ ਓਵਰ ਦੇ ਵਿਚ ਆ ਦੀਪੀ ਆ ਮੇਰੇ ਮਿੱਤਰ ਜਿਹੜਾ ਨੌਹਰੇ ਵਾਲਾ ਸ਼ੁਰੂਆਤ ਕਰਨ ਜਾ ਰਿਹਾ ਖੇਡ ਦੇ ਮੈਦਾਨ ਦੇ ਵਿਚ ਰਾਜੂ ਹਾਰ ਗਿਆ ਵੀਰੇ ਮੋਟਰਸਾਈਕਲ ਮੋੜ ਰਿਹਾ ਬਸ ਖੇਡ ਮੈਦਾਨ ਦੇ ਵਿਚ ਪੂਰੀ ਤਿਆਰੀ ਦੇ ਵਿਚ ਆ ਲੈ ਵੀ ਦੀਪੀ ਆ ਪਾ ਫਿਰ ਬਾਲ ਇਹਨਾਂ ਨੂੰ ਫਰਨਾ ਪੈਣਾ ਫਿਰ ਗੱਲਾਂ ਟਕਾਣੇ ਲੱਗਣਗੀਆਂ ਬੀਬੀ ਨੌਰੇ ਵਾਲੇ ਦੀ ਬਾਲ ਸਾਹਮਣੇ ਚਲੈਨਾ ਵਾਲਾ ਮੇਰੇ ਮਿੱਤਰ ਹੱਲਾ ਗੁੱਲਾ ਸ਼ੁਕਰੇ ਨਾ ਹੋਈਏ ਕਿਸੇ ਦੀ ਯਾਰ ਮਾਰ ਨਾ ਕਰੀਏ ਖਾਈਏ ਜੀ ਬੈਸਟ ਆਲ ਕਰੀਏ ਇਧਰੋਂ ਰੋਇਲ ਸਾਡਾ ਲੱਖੂ ਕਬੱਡੀ ਮੇਰੇ ਮਿੱਤਰ ਭਰਾਵਾਂ ਦਾ ਵੀ ਧੰਨਵਾਦ ਹੈ ਰੋਇਲ ਤੇ ਲੱਖੂ ਦਾ ਮੇਰੇ ਮਿੱਤਰ ਬਹੁਤ ਬਹੁਤ ਧੰਨਵਾਦ ਦਿੱਲੀ ਵੀਰ ਦਾ ਧੰਨਵਾਦ ਵੱਡੀ ਸੇਵਾ ਕਰ ਰਹੇ ਹਾਂ ਨਾਲ ਜੁੱਤੀ ਆ ਭੈਣੀ ਖੋਟ ਵਾਲਾ ਮੇਰੇ ਮਿੱਤਰੋ ਪਾਣੀ ਦੀ ਸੇਵਾ ਕਰ ਰਹੇ ਬਹੁਤ ਬਹੁਤ ਧੰਨਵਾਦ ਸਾਰੀਆਂ ਟੀਮਾਂ ਨੂੰ ਬੇਨਤੀ ਹੈ ਵੀ ਆਪਾਂ ਇਹਨਾਂ ਪਾਣੀ ਵਾਲੇ ਵੀਰਾਂ ਦਾ ਜ਼ਰੂਰ ਮਾਨਤਾਨ ਕਰਦਿਆ ਕਰੀਏ 10-50-100 ਦੇ ਨਾਲ ਕੋਈ ਫਰਕ ਨੀ ਪੈਂਦਾ ਆਓ ਭਰਾ ਸਾਰਾ ਦਿਨ ਸੇਵਾ ਕਰਦੇ ਆ ਧੰਨਵਾਦ ਕਰਦੇ ਆ ਲਓ ਨੌਹਰੇ ਪਿੰਡ ਦਾ ਦੀਪੀ ਮੇਰੇ ਮਿੱਤਰੋ ਬਾਲਾਂ ਪਾ ਰਿਹਾ ਖੇਡ ਦੇ ਮੈਦਾਨ ਦੇ ਵਿਚ ਵੀ ਜੱਫੀ ਪਾ ਕੇ ਮਿਲਣ ਵਾਲੇ ਸਾਰੇ ਮਰਦ ਨਹੀਂ ਹੁੰਦੇ ਜੋ ਥਾਂ ਥਾਂ ਤੇ ਮੂੰਹ ਮਾਰਨ ਉਹ ਵੀ ਮਰਦ ਨਹੀਂ ਹੁੰਦੇ ਹਰੇਕ ਮਾਡਰਨ ਕੁੜੀ ਬਦਕਾਰ ਨਹੀਂ ਹੁੰਦੀ ਹਰੇਕ ਸੂਟ ਵਾਲੀ ਕੁੜੀ ਵਫ਼ਾਦਾਰ ਨਹੀਂ ਹੁੰਦੀ ਜੋ ਸੋਕੀ ਸ਼ੋਹਰਤ ਕਾਰਨ ਆਉਂਦੇ ਆ ਸ਼ੇਰੋ ਵਾਲਿਆਂ ਦਿਨ ਚੰਗੇ ਮਾੜੇ ਸਭ ਤੇ ਆਉਂਦੇ ਆ ਦਿਨ ਚੰਗੇ ਮਾੜੇ ਸਭ ਤੇ ਆਉਂਦੇ ਆ ਗੱਲ ਪੱਕੀ ਸਾਹਮਣੇ ਲੁਧਿਆਣੇ ਵਾਲਾ ਕਹਿੰਦੇ ਕੌਰਬ ਤਿਆਰ ਹੈ ਪੌਏ ਜਿੱਡਾ ਕਰਦਾ ਪਰ ਕੰਮ ਤੇ ਕਹਿੰਦੇ 750 ਐਮਐਲ ਦੀ ਚਰਬਾਲੀ ਬੋਤਲ ਜਿੱਡੇ ਕਰਦਾ ਹੈ ਸਾਹਮਣੇ ਵੇਖਾਂਗੇ ਪਾਲ ਪੈਂਦੀ ਹੈ ਬੱਲੇ 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 ਖੇਡਿਆ ਹੋਇਆ ਸ਼ਾਟ ਇਧਰਲੇ ਪਾਸੇ ਵੇਖਾਂਗੇ ਖੇਡ ਦੇ ਗਰਾਊਂਡ ਦੇ ਅੰਦਰ ਸਿੰਗਲ ਰਨ ਦੇ ਵਾਧੇ ਕਹਿੰਦੇ ਮੁੰਡੇ ਨੇ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜ ਦਿੱਤਾ ਮੇਰੇ ਵੀਰੋ ਵੀ ਕਿਸੇ ਦੀ ਅਮੀਰੀ ਦਾ ਕੀ ਭਾ ਕਿਸੇ ਨੂੰ ਇੱਥੇ ਪਾਰਸਾ ਪਿਆ ਲੋਕ ਪਰੇ ਤੋਂ ਪਰੇ ਸ਼ੀਸ਼ੇ ਮੂਰੇ ਖੜ ਜੋੜ ਪਰ ਖੇਡੀ ਜਾਂਦੇ ਮਾਮਾ ਬਲੀ ਪੁੱਤ ਪੈਦਾ ਕੀਤੇ ਖਰੇ ਤੋਂ ਖਰੇ ਹੱਥਾਂ ਨੂੰ ਨੀ ਹੱਥ ਕੋਈ ਲੈਂਦਾ ਸਾਰਨਾ ਦੀਪ ਜੱਗ ਉੱਤੇ ਕਹਿਣ ਮੇਰਾ ਨਾਂ ਬੜਾ ਆ ਵੱਡੇ ਹੋਣਗੇ ਜਾਂ ਹੋਣਗੇ ਉਹ ਆਪਣੇ ਘਰੇ ਸਾਡਾ ਕਿਹੜਾ ਕਿਸੇ ਬਿਨਾ ਗੱਡਾ ਖੜਾ ਆ ਵੱਡੇ ਹੋਣਗੇ ਜਾਂ ਹੋਣਗੇ ਉਹ
ਆਪਣੇ ਘਰੇ ਸਾਡਾ ਕਿਹੜਾ ਕਿਸੇ ਬਿਨ ਗੱਡਾ ਖੜਾ ਆ। ਬਾਕੀ ਕਹਿੰਦੇ ਪਰਸ ਨੇ ਕਹਿੰਦੇ ਲਿਖਿਆ ਤੇ ਵੱਖੋ ਵੱਖਰੇ ਉਦਾਰ ਦੇ ਵਿੱਚ ਬੁਲਾਰਿਆਂ ਨੇ ਬੋਲਿਆ ਉਧਰਲੇ ਪਾਸੇ ਮੁੰਡਾ ਚਲੈਲਾ ਵਾਲਾ ਕਹਿੰਦੇ ਬੱਲੇ ਬੱਲੇ ਕਰਵਾਉਂਦਾ ਹੈ ਅਭੀ ਹੱਥੋਂ ਵੀ ਬੜਾ ਕਰਦੇ ਗੱਲ ਮੁੰਡੇ ਦੀ। ਲਓ ਚਲੈਲਾ ਵਾਲਾ ਬੱਲੇ ਬੱਲੇ ਕਰਵਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ। ਲੈ ਵੀ ਨਹੁਰੇ ਵਾਲਿਆਂ ਗੱਲਾਂ ਟਿਕਾਣੇ ਲਾਉਣੀਆਂ ਪੈਣੀਆਂ ਨੇ, ਫੇਰ ਗੱਲਾਂ ਸਿਰੇ ਲੰਘਣਗੀਆਂ ਹੋਏ ਵੀ ਦੁਨੀਆਂ ਮੰਨਦੀ ਨੀ ਮਨਾਉਣੀ ਪੈਂਦੀ ਹੈ। ਸ਼ੁਰੂਆਤ ਪਰਮਨ ਸਿੰਘ ਕੌਣ ਕਰਨ ਜਾ ਰਹੇ ਹੈ? ਸੈਲੀ ਆ ਗਿਆ ਮੇਰਾ ਮਿੱਤਰ, ਸੈਲੀ ਲਓ, ਸੈਲੀ ਆ ਗਿਆ ਮੇਰੇ ਮਿੱਤਰ। ਇੱਕ ਮਲੇਰ ਕੋਲ ਸੈਲੀ ਨੇ ਪਹਿਲੀ ਅੱਜ ਬੜੀ ਤਕੜੀ ਕ੍ਰਿਕਟ ਖੇਡੀ ਹੈ ਤੇ ਆਹ ਸੈਲੀ ਹੈ, ਇੱਕ ਸੈਲੀ ਦਿਲਵੇ ਦੀ ਧਰਤੀ ਆ ਮੇਰੇ ਮਿੱਤਰੋਂ, ਟੌਪ ਦਾ ਕਬੱਡੀ ਖਿਡਾਰੀ ਹੈ ਪਰ ਆਹ ਸੈਲੀ ਅੱਜ ਨੌਰੇ ਵਾਲਾ ਬਾਨਾ ਪਾਉਣ ਦੀ ਤਿਆਰੀ ਦੇ ਵਿੱਚ ਹੈ। ਲੈ ਵੀ ਸ਼ੇਰੇ ਵਾਲਾ ਚੱਕ ਨਾਕ ਤੇ ਸ਼ੇਰ ਕਾਲੀ, ਨੌਰੇ ਵਾਲਾ ਕਹਿੰਦੇ ਸੈਲੀ ਇਸ ਵੇਲੇ ਬਾਲ ਪਾਉਣ ਦੇ ਲਈ ਕਹਿੰਦੇ ਤਿਆਰ ਹੈ, ਹਲਕੇ ਕਦਮਾਂ ਦੇ ਨਾਲ ਰਨਅਪ ਦੇ ਕਹਿੰਦੇ ਤਿਆਰ ਹੈ। ਉਧਰਲੇ ਪਾਸੇ ਵੇਖਾਂਗੇ ਮੇਰੇ ਵੀਰ, ਮੁੰਡਾ ਕਹਿੰਦੇ ਚਲੈਲਾ ਵਾਲਾ ਇਸ ਵੇਲੇ ਸਾਹਮਣੇ ਢਾਈ ਫੁੱਟ ਦਾ ਬੱਲਾ ਚੱਕੀ ਖੜਾ ਇਧਰਲੇ ਪਾਸੇ, ਬੱਲੇ 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 ਕਮਾਲ ਤੇ ਵੇਖਾਂਗੇ ਨਾਲ ਸ਼ੇਰ ਦੇ ਬਾਬੇ ਖਿਡਾਰੀ ਨੇ ਕਹਿੰਦੇ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜ ਦਿੱਤੇ ਹੈ। ਜਿਹੜੇ ਪਾਣੀਆਂ ਦੇ ਲੋਕਲਾਂ ਦੇ ਤਾਰੀਆਂ ਪਾਣੀ ਅਸੀਂ ਪੀਤੇ ਹੋਏ ਹੈ, ਸਿਰ ਕੱਢ ਮੇ ਰਿਕਾਰਡ ਪੈਦਾ ਕੀਤੇ ਹੋਏ ਹੈ, ਕੱਢ ਮੇ ਰਿਕਾਰਡ ਪੈਦਾ ਕੀਤੇ ਹੋਏ ਆ ਮੇਰੇ ਮਿੱਤਰੋ, ਸਿਰ ਕੱਢ ਮੇ ਰਿਕਾਰਡ ਪੈਦਾ ਕੀਤੇ ਹੋਏ ਹੈ। ਉਧਰ ਰਣਜੀਤ ਘੋਨੀ ਬਾਈ ਕਹਿੰਦਾ ਵੀ ਤਿੰਨ ਛੱਕਿਆਂ ਦੇ ਚਲੈਲਾ ਵਾਲੇ ਨੂੰ 1100 ਦੇਵਾਂਗੇ ਮੇਰੇ ਵੀਰ। ਮਨਪ੍ਰੀਤ ਸਿੱਧੂ ਸਾਡਾ ਵੀਰ ਹੈ, ਉਹ ਬਰਾਹਰੀ ਕਹਿੰਦੇ ਤਿੰਨ ਛੱਕਿਆਂ ਦੇ 1100 ਦੇ ਚਲੈਲਾ ਵਾਲਿਆਂ ਫੜ ਲਿਆ ਤਿਆਰੀ, ਬਾਲ ਪੈਂਦੀ ਹੈ ਉਧਰਲੇ ਪਾਸੇ, ਸ਼ੈਲੀ ਬਾਲ ਪਾ ਰਿਹਾ ਡੰਡਾ ਪੱਟ ਕੇ ਮਾਰਿਆ ਘੋਨੀ ਨੇ, 1100 ਪਿੱਛੇ ਤੇਰੇ ਜੇ 20 ਫਿਰਦੇ ਅਸੀਂ ਉਂਗਲਾਂ ਤੇ ਦੁਨੀਆਂ ਨਚਾਈ ਹੋਈ ਹੈ। ਬਿਨਾਂ ਬੱਲੇ ਬੱਲੇ ਟਿਕਾਣੇ ਲਾਤੀਆਂ ਮੇਰੇ ਮਿੱਤਰੋ, ਵੀ ਚਿੱਤਰੀਏ ਚਿੱਤਰੀਆ ਤਾਂ ਬਹੁਤ ਦਿਸਦਾ ਜਦੋਂ ਤੇਰਾ ਆਉਂਦਾ ਇਹ ਖਿਆਲ ਨੀ, ਤੇਰੇ ਵਾਜੋ ਪਤਾ ਹੀ ਨੀ ਕਿੰਨੇ ਲੰਘ ਚੱਲੇ, ਗਿਣੇ ਨੀ ਰਿੰਗੂ ਨੇ ਕਦੇ ਸਾਲ ਨੀ, ਤੂੰ ਕਿਹੜਾ ਗੈਰਾਂ ਦਾ ਸਜਾਕਾ ਜਾ ਕੇ ਮਾਰਨੇ, ਹਨੇਰੇ ਸਾਨੂੰ ਦੇਣ ਵਾਲੀਏ, ਸਾਡੇ ਦੀਵਿਆਂ ਚ ਪਾਇਆ ਤੇਲ ਰਹਿ ਗਿਆ, ਤੂੰ ਗੈਰਾਂ ਦੀ ਹੋ ਗਈ ਦਿਵਾਲੀਏ, ਤੂੰ ਗੈਰਾਂ ਦੀ ਹੋ ਗਈ ਦਿਵਾਲੀਏ। ਗੱਲਾਂ ਟਿਕਾਣੇ ਆ ਮੇਰੇ ਮਿੱਤਰੋ, ਆਹ ਰਿੰਗੂ ਕਹਿੰਦੇ ਚੋਟੀ ਦੀਆਂ ਲਾਈਨਾਂ ਲਿਖਦਾ ਬੜਾ ਸੋਹਣਾ ਲਿਖਾ ਰਿਹਾ, ਪਰ ਇੱਧਰ ਸੈਲੀ ਨੇ ਹੱਲਾ ਗੁੱਲਾ ਕਰਾਤਾ ਮੇਰੇ ਮਿੱਤਰੋ, ਗੱਲਾਂ ਟਿਕਾਣੇ ਲਾ ਪਿਆ। ਲੈ ਵੀ ਸ਼ੇਰ ਵਾਲਿਆ ਦੱਸ ਵੀ ਆਹ ਮੁੰਡਾ ਚੱਲਦਾ ਵੀ ਧਰਤੀ ਦਾ ਕਿਹੜਾ ਮੁੰਡਾ ਆ ਗਿਆ। ਉਧਰ ਸਾਡੇ ਭਰਾ ਮਨਪ੍ਰੀਤ ਖਰੌੜ ਤੇ ਮਨਪ੍ਰੀਤ ਸਿੱਧੂ ਹਰਮਨ ਖਰੌੜ, ਇਹਨਾਂ ਵੀਰਾਂ ਦਾ ਕਹਿੰਦੇ ਬਹੁਤ ਬਹੁਤ ਧੰਨਵਾਦ ਕਰਦੇ, ਸਾਡੀ ਜ਼ਿੰਦਗੀ ਦੇ ਮਾਣ ਹੈ। ਵੀਰ ਹੋਰੀ ਕਹਿੰਦੇ ਹੁਣੇ ਹੁਣੇ ਪੁੱਜੇ ਹੈ, ਮਨਪ੍ਰੀਤ ਹੋਰੀ ਸਾਡੇ ਵੀਰ, ਸਾਰੇ ਵੀਰਾਂ ਦਾ ਕਹਿੰਦੇ ਬਹੁਤ ਬਹੁਤ ਧੰਨਵਾਦ, ਜਿਹੜੇ ਵੀਰ ਹਰਮਨ ਵਰਗੇ ਹੁਣੇ ਹੁਣੇ ਪਹੁੰਚਿਆ ਮੇਰੇ ਵੀਰ, ਜਿਹੜੇ ਗਹਿਰਾਂ ਕਹਿੰਦੇ ਵਿੱਚੋਂ ਧੰਨਵਾਦ ਕਰਦੇ ਹੈ। ਮਨਪ੍ਰੀਤ ਖਰੌੜ ਆਇਆ ਮੇਰੇ ਮਿੱਤਰ, ਮੈਂ ਪਹਿਲਾਂ ਆਖਿਆ
ਵੀ ਜਰੈਲਾਂ ਦੀ ਟੀਮ ਖੇਡਦੀ ਨਜ਼ਰ ਆ ਰਹੀ ਹੈ। ਦਿਲਪ੍ਰੀਤ ਭੱਤੀ ਉਹਨਾਂ ਦੇ ਨਾਲ ਪਿਆਰ ਹੈ ਸਾਡੇ ਵੀਰ ਦਾ, ਫਤਿਹਗੜ੍ਹ ਸਾਹਿਬ ਵਾਲੀ ਕਹਿੰਦੇ ਗੱਲਾਂ ਚੱਲਦੀਆਂ ਟਿਕਾਣੇ ਮਨਪ੍ਰੀਤ ਖਰੌੜ, ਰਣਜੀਤ ਧੋਨੀ ਉਹਨਾਂ ਦੇ ਨਾਲ ਪਿਆਰ ਮੇਰੇ ਮਿੱਤਰੋ, ਆਹ ਕਹਿੰਦੇ ਪਟਵਾਰੀ ਗੁਰਦਾਸਪੁਰ ਵਾਲਾ ਆਇਆ ਹੋਇਆ ਮੇਰੇ ਮਿੱਤਰੋ, ਅਜੇ ਮਿੱਤੇ ਉਹਨਾਂ ਨੂੰ ਮੁਬਾਰਕਾਂ ਨੇ ਵੀ ਗੱਲਾਂ ਟਿਕਾਣੇ ਲੱਗੀਆਂ ਹੋਈਆਂ ਨੇ। ਐਸ ਕੇ ਖਰੌੜ ਗੁਰਪਾਲ ਦਾ ਸਿੱਕਾ ਚੱਲਦਾ, ਗੱਲਾਂ ਟਿਕਾਣੇ ਲੱਗਦੀਆਂ ਮੇਰੇ ਮਿੱਤਰੋ। ਮਨਪ੍ਰੀਤ ਖਰੌੜ ਭਰਾ ਚੇਚੇ ਤੌਰ ਤੇ ਪੁੱਜਿਆ, ਸੱਤ ਵੜੀ ਦਾ ਮੇਲਾ ਖੇਡਿਆ ਜਾ ਰਿਹਾ, ਚਾ ਰਿਹਾ ਚੜ੍ਹਦਾ ਚਾ ਰਿਹਾ ਚੜ੍ਹਦਾ ਸ਼ੇਰੋ ਮਰਿਆ ਮੁੰਡਾ ਸ਼ੈਲੀ ਫੇਰ ਆ ਗਿਆ, ਸ਼ੈਲੀ ਕਹਿੰਦੇ ਫੇਰ ਅੱਗੇ ਬਲ ਵਧਦਾ ਹੈ ਸਾਹਮਣੇ ਚਲੈਲਾ ਵਾਲਾ ਮੇਰੇ ਮਿੱਤਰ, ਹਵਾ ਦੇ ਵਿੱਚ ਬਾਲ ਤੂੰ ਫਿਲਡ ਉੱਥਲੇ ਇਧਰਲੇ ਪਾਸੇ, ਕਹਿੰਦੇ ਬਾਲ ਦੋ ਫੀਲਡਰਾਂ ਨੂੰ ਕਹਿੰਦੇ ਦਗਾ ਦੇ ਗਈ ਹੈ ਮੇਰੇ ਵੀਰੋ, ਤੇ ਵੇਖਾਂਗੇ ਵੀ ਐਨ ਮੇਰੇ ਵੀਰੋ, ਫੀਲਡਿੰਗ ਕਹਿੰਦੇ ਤਿੰਨ ਫੀਲਡਰਾਂ ਦੇ ਦਰਮਿਆਨ ਹੋਈ ਹੈ, ਤੇ ਮੁੰਡਾ ਕਹਿੰਦੇ ਬਾਲ ਬਾਲ ਬਚਿਆ ਮੇਰੇ ਵੀਰੋ, ਸਾਹਮਣੇ ਵੇਖਾਂਗੇ ਮੁੰਡਾ ਕਹਿੰਦੇ ਲੁਧਿਆਣੇ ਵਾਲਾ ਗੌਰਵ ਕਹਿੰਦੇ ਤਿਆਰ ਹੈ, ਟੀਵੀ ਦਸ ਵਾਲਾ ਮੇਰੇ ਮਿੱਤਰੋ ਬੱਲੇ ਬੱਲੇ ਕਰਵਾਉਣ ਵਾਲਾ ਕਹਿੰਦੇ ਖਿਡਾਰੀ ਹੈ, ਵੀ ਉਧਰ ਮੇਰੇ ਦੇਸ਼ ਦੇ ਲੋਕ ਬਹੁਤ ਨੇ ਸਿਆਣੇ, ਪਰ ਦਿੱਤਾ ਸਰਕਾਰਾਂ ਨੂੰ ਕੋਈ ਮੱਤ ਨਾ, ਬੱਲੇ ਨਾਲ ਖੇਡਦਾ ਨੂੰ ਮਿਲਣੇ ਕਰੋੜਾ, ਪਰ ਮੌਤ ਨਾਲ ਖੇਡਦਾ ਨੂੰ ਕੱਖ ਨਾ, ਕਾਰਗਿਲ ਵਿੱਚ ਸ਼ਹੀਦ ਹੋਏ ਫੌਜੀ ਹੱਦ ਪਹੁੰਚਿਆ ਉਹਨਾਂ ਦੇ ਘਰਾਂ ਤੱਕ ਨਾ, ਕਿ ਰਫਲ ਦੀ ਥਾਂ ਤੇ ਬੱਲਾ ਫੜਨਾ ਜੇ ਸਿੱਖ ਲੈਂਦਾ, ਫੌਜ ਵਿੱਚ ਜਾਂਦਾ ਕਹਿੰਦੇ ਸ਼ੇਰੋ ਵਾਲਾ ਮੱਟਣਾ, ਕਿ ਰਫਲ ਦੀ ਥਾਂ ਤੇ ਬੱਲਾ ਫੜਨਾ ਜੇ ਸਿੱਖ ਲੈਂਦਾ, ਫੌਜ ਵਿੱਚ ਜਾਂਦਾ ਕਦੇ ਸ਼ੇਰੋ ਵਾਲਾ, ਸ਼ੇਰੋ ਵਾਲਾ ਮੱਟਣਾ ਮੇਰੇ ਮਿੱਤਰੋ, ਸ਼ੇਰੋ ਵਾਲਾ ਮੱਟ ਨੀ ਕਹਿੰਦੇ, ਬੜਾ ਚੋਟੀ ਦਾ ਮੇਰੇ ਮਿੱਤਰੋ ਲਿਖਾਰੀ ਹੋਇਆ, ਮਣੀ ਦੇ ਚਰਚੇ ਹੁੰਦੇ ਆ, ਤੇ ਆ ਪ੍ਰੀਤ ਦੇ ਬੋਲ ਤੁਹਾਡੇ ਨਾਲ ਸਾਂਝੇ ਹੋ ਰਿਹਾ ਮੇਰੇ ਮਿੱਤਰੋ, ਗੱਲਾਂ ਟਿਕਾਣੇ ਲੱਗੀਆਂ ਹੋਈਆਂ ਨੇ, ਮੈਚ ਚੋਟੀ ਦਾ ਖੇਡਿਆ ਜਾ ਰਿਹਾ, ਲਵੀ ਰਣਜੀਤ ਸਿੰਘ ਧੋਨੀ ਬਾਈ ਏਦਾਂ ਦਾ ਕੋਈ ਪਲੇਅਰ ਨੀ ਵੀ ਜਿਹੜੇ ਪਲੇਅਰ ਦਾ ਸਿੱਕਾ ਚੱਲਦਾ ਹੋਵੇ ਤੇ ਸਾਡੇ ਫੀਲਡ ਦੇ ਵਿੱਚ ਨਾ ਆਇਆ ਹੋਵੇ, ਆਹ ਗੱਲਾਂ ਟਿਕਾਣੇ ਲੱਗੀਆਂ ਮੇਰੇ ਮਿੱਤਰੋ, ਵੀ ਘਰ ਦੇ ਹਾਲਾਤ ਮਜਬੂਰੀਆਂ ਦੇ ਕਰਕੇ ਦਿਲ ਵਾਲੇ ਸ਼ੌਕ ਸੀ ਮਾਰੀ ਬੈਠੇ ਆ, ਮਿਹਨਤਾਂ ਦੇ ਨਾਲ ਪੂਰੇ ਕਰਾਂਗੇ ਜ਼ਰੂਰ, ਕਾਮਯਾਬੀ ਦੇ ਜੋ ਖਾਬ ਉਹ ਸਾਰੀ ਬੈਠੇ ਆ, ਉੱਤੇ ਜਾਣ ਲਈ ਕਿਸੇ ਦੇ ਨੀ ਥੱਲੇ ਲੱਗਣਾ, ਬਸ ਇੱਕ ਗੱਲ ਦਿਲ ਵਿੱਚ ਧਾਲੀ ਬੈਠੇ ਆ, ਇਹ ਵੀਰੋ ਕਿਹਦਾ ਕਾਲਾ ਸਾਫ ਹੋ ਜੇ ਅਸਮਾਨ, ਰੈਡੀ ਭਰਨੇ ਨੂੰ ਬੁੱਲਿਆ ਖਿਡਾਰੀ ਬੈਠੇ ਆ, ਰੈਡੀ ਭਰਨੇ ਨੂੰ ਬੁੱਲਿਆ ਖਿਡਾਰੀ ਬੈਠੇ ਆ, ਉਹਦੇ ਸਾਡਾ ਭਰਾ ਰਣਜੀਤ ਧੋਨੀ ਕਹਿੰਦਾ ਵੀ ਜੇ ਲਗਾਤਾਰ ਤੱਕ ਸਕੇ ਗੌਰਵ ਲੁਧਿਆਣੇ ਵਾਲਾ ਮਾਰਦਾ ਵੀ 1100 ਦੇ ਦਾਂਗੇ ਮੇਰੇ ਵੀਰੋ। ਮਨਪ੍ਰੀਤ ਸਿੱਧੂ ਸਾਡਾ ਵੀਰ ਆ ਤੇ ਰਣਜੀਤ ਧੋਨੀ ਬਾਈ ਹੁਣੇ ਕਹਿੰਦੇ ਆ ਜੇ ਲੁਧਿਆਣੇ ਵਾਲਾ ਗੌਰਵ ਲਗਾਤਾਰ ਤਿੰਨ ਕਹਿੰਦੇ ਹਵਾਈ ਫਾਇਰ ਕਰਦਾ ਵੀ 1100 ਦੇ ਦਾਂਗੇ ਮੇਰੇ ਵੀਰੋ, ਪੈਸੇ ਦੇ ਵੱਧ ਕੇ ਚੀਜ ਕੁੜੇ ਜਿੰਦ ਜਾਨ ਤੇਰੇ ਤੋਂ ਮਾਰਾਂਗੇ, ਜਿਹੜਾ ਚੜ ਗਿਆ ਸਾਡੇ ਧੱਕੇ ਦੀ ਟੁੰਗਾ ਵਾਲੇ ਰੋਡ ਤੇ ਲਿਜਾ ਕੇ ਮਾਰਾਂਗੇ, ਜਿਹੜਾ ਚੜ ਗਿਆ ਸਾਡੇ ਧੱਕੇ ਦੀ ਟੁੰਗਾ ਵਾਲੇ ਰੋਡ ਤੇ ਲਿਜਾ ਕੇ ਮਾਰਾਂਗੇ, ਪਰ ਸਾਹਮਣੇ ਖੇਡਿਆ ਹੋਇਆ ਸ਼ਾਟ ਤੇ ਇਧਰਲੇ ਪਾਸੇ ਇੱਕ ਰਨ ਦੇ ਪਾਸੇ ਕਰਦੇ ਗੱਲ ਮੁੰਡੇ ਦੀ, ਲਓ ਬੱਲੇ ਬੱਲੇ ਹੋਈ ਪਈ ਆ ਖੇਡ ਦੇ ਮੈਦਾਨ ਦੇ ਵਿੱਚ, ਨਵੇਂ ਵਾਲੇ ਮੇਰੇ ਮਿੱਤਰੋ ਚੋਟੀ ਦੀਆਂ ਵਾਨਾਂ ਭਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ, ਬਹੁਤ ਸੋਹਣਾ ਮੈਚ ਜਿਹੜਾ ਸੱਤ ਵੜੀ ਦੇ ਮੇਲੇ ਦੇ ਉੱਪਰ ਖੇਡਿਆ ਜਾ ਰਿਹਾ, ਵੀ ਗੁਰੂ ਘਰ ਜਾ ਕੇ ਅਸ਼ਟੀ ਨੀ ਚੱਕਦੀ ਦੂਰੋਂ ਹੀ ਪਛਾਣ ਆ ਜੇ ਬੰਦੇ ਖੱਜ ਦੀ, ਕਰਨਾ ਯਕੀਨ ਮਾਣਾ ਬੰਦੇ ਦੇ ਭੇਤੇ ਤੇ, ਰੇਕੂਆ ਜਨਾਨੀ ਨਾਲ ਖੜੀ ਨਾਨੀ ਠੇਕੇ ਤੇ, ਵੀ ਰੇਕੂਆ ਜਨਾਨੀ ਨਾਲ ਖੜੀ ਨਾਨੀ ਠੇਕੇ ਤੇ, ਓਵਰ ਸਮਾਪਤ ਹੈ, ਤਿੰਨ ਓਵਰ ਕਿੰਨੇ ਬਣ ਗਏ ਦੱਸੀ ਭਰਾ, ਜਿਹੜੇ ਵੀਰਾਂ ਨੇ ਗੁਰੂ ਦਾ ਲੰਗਰ ਨਹੀਂ ਛਕਿਆ ਜੀ, ਲੰਗਰ ਛਕ ਲਈ ਥੋੜਾ ਸਮਾਂ ਜਿਹੜਾ ਚੱਲਣਾ ਦੇ 3:40 ਦਾ ਸਮਾਂ ਹੋ ਗਿਆ ਹੈ, ਤੇ ਲੰਗਰ ਆਪਾਂ ਛਕ ਲਏ ਜਿਹਨਾਂ ਨੇ ਨਹੀਂ ਛਕਿਆ ਮੇਰੀ ਵੀਰੋ, 3:43 ਬਣ ਗਏ ਜੀ ਚੱਲਦੇ ਹੋਏ ਮੈਚ ਦੇ ਵਿੱਚ, 3 ਓਵਰ ਜਿਹੜੇ 46 ਬਣ ਗਏ ਮੇਰੇ ਮਿੱਤਰੋ, ਨਵੀਂ 4th ਓਵਰ ਦੀ ਸ਼ੁਰੂਆਤ, ਪਰਮ ਦੱਸੀ ਕੌਣ ਹੈ ਖਿਡਾਰੀ ਕਰੇਗਾ, ਰਾਣਾ ਚੰਡੀਗੜ੍ਹ ਆਓ ਮੇਰੇ ਮਿੱਤਰੋ, ਆਹ ਮੁੰਡਾ ਚੰਡੀਗੜ੍ਹ ਤੋਂ ਚੱਲ ਕੇ ਆਇਆ, ਇਹ ਸੈਕਟਰ 17 ਵਾਲੇ ਚੰਡੀਗੜ੍ਹ ਤੋਂ ਆਇਆ ਮੇਰੇ ਮਿੱਤਰ, ਉਧਰ
ਰਾਜੀਵ ਖੰਭਣ ਵਾਲੇ ਵੀਰ ਸਾਹਿਬ ਪ੍ਰਾਪਤ ਕਰੇ ਕਲਾਬਾਂ ਦੇ ਭਰਾਵਾਂ ਦੇ ਵੱਲੋਂ ਖੰਭਣਾ ਦੇ ਰਾਜੀ ਦਾ ਸਨਮਾਨ ਵਿਸ਼ੇਸ਼ ਤੌਰ ਤੇ ਕੀਤਾ ਜਾਣਾ। ਵੀਰ ਸਾਡਾ ਜਿੱਥੇ ਵੀ ਆਵਾਜ਼ ਨੂੰ ਸੁਣਦਾ ਵੀ ਆਪਣਾ ਸਨਮਾਨ ਪ੍ਰਾਪਤ ਕਰੇਗਾ। ਮੇਰੇ ਵੀਰ ਲਈ ਫੇਰ ਵਾਲੇ ਸ਼ੇਰ ਦੇ ਖੜੇ ਲਓ ਖੇਡ ਦੇ ਮੈਦਾਨ ਦੇ ਵਿੱਚ ਰਾਣਾ ਚੰਡੀਗੜ੍ਹ ਮੇਰੇ ਮਿੱਤਰੋ ਬਾਲਾ ਪਾਉਣ ਦੇ ਲਈ ਪੂਰੀ ਤਿਆਰੀ ਦੇ ਵਿੱਚ ਹੈ। ਇਹ ਮੁੰਡਾ ਚੰਡੀਗੜ੍ਹ ਤੋਂ ਆਇਆ, ਇਹ ਮੁੰਡਾ ਬਣੈਣ ਵਾਲੇ ਸ਼ਹਿਰ ਚ ਆਇਆ ਜਿੱਥੇ ਟ੍ਰਿਬਿਊਨ ਚੌਂਕ ਆ ਮੇਰੇ ਮਿੱਤਰੋ, ਜਿੱਥੋਂ ਦੇ ਰੌਕ ਗਾਰਡਨ, ਰੋਜ਼ ਗਾਰਡਨ, ਸੁਖਨਾ ਲੇਕ ਦੇ ਚਾਚੇ, ਅਲਾਂਟੇ ਮੌਲ ਦੇ ਚਾਚੇ, ਇਹ ਮੇਰੇ ਮਿੱਤਰੋ ਚੰਡੀਗੜ੍ਹ ਤੋਂ ਜਨ ਕੇ ਆਇਆ। ਇਹ ਆ ਰਾਣੀ ਦਲਾਣਾ ਚੰਡੀਗੜ੍ਹ ਖੇਡ ਮੈਦਾਨ ਵਿੱਚ ਆ ਟੱਕਰ ਤੇ ਚੱਕਰ ਵੇਖਣ ਵਾਲਾ ਮੇਰੇ ਮਿੱਤਰੋ, ਆ ਕਲਿੱਪ ਯੂਟਿਊਬ ਤੇ ਕੱਟ ਕੇ ਪੈਣੀ ਹੈ। ਇੱਕ ਪਾਸੇ ਚੰਡੀਗੜ੍ਹ ਰਾਣਾ, ਦੂਜੇ ਪਾਸੇ ਲੁਧਿਆਣੇ ਵਾਲਾ ਗੌਰਵ, ਵਾਈਡ ਬਾਲ ਦੇ ਫੈਸਲੇ ਹੋ ਗਏ ਰਾਣਿਆ, ਇਹਦੀ ਹਿੱਕ ਦੇ ਵਿੱਚ ਨਾ ਪੜੋਏ। ਫੇਰ ਗੱਲਾਂ ਟਿਕਾਣੇ ਲੱਗਣ ਗਿਆ ਵੀ ਛੱਡੀ ਦੇ ਜੀ ਪੈਰ, ਜੇ ਖੁੱਡੀ ਅੰਬਰਾਂ ਤੇ ਚੜ ਜੇ ਯਾਰ, ਇਹੀ ਰਿੰਗੂਆ ਜੇ ਮੁੱਕ ਕੇ ਟੈਮ ਖੜ ਜੇ, ਕੀ ਲਗੜ ਕੇ ਲਾਉਣਾ ਜਿਹਨੇ ਦਿੱਤਾ ਕਦੇ ਸੱਸ ਦੀ, ਵੀ ਥੁੱਲਿਆਂ ਦੀ ਮਿੱਤਰ ਹੋਏ ਦੁਨੀਆਂ ਤੇ ਘਾਟ ਦੀ, ਵੀ ਥੁੱਲਿਆਂ ਦੀ ਮਿੱਤਰ ਹੋਏ ਦੁਨੀਆਂ ਦੇ ਘਾਟ ਦੀ। ਅੱਜ ਯਾਰਾਂ ਦਾ ਮੇਲਾ ਮੇਰੇ ਮਿੱਤਰੋ, ਰਣਜੀਤ ਕੋਲੀ ਵੀ ਨੂੰ ਵੱਡੀ ਮਾਰਦਵਾਨ ਹੈ ਵੀ ਸੋਹਣੇ ਮੁੰਡੇ ਵੇਖ ਲੋ, ਸਾਧੋ ਵਾਲੀ ਦੇ ਸ਼ੌਕ ਬਣਾਉਂਦੇ ਹੈ, ਦਸਾਂ ਨਾਲ ਵੀ ਕਿਰਤ ਕਮਾਈ ਖੇਡਾਂ ਉੱਤੇ ਲਾਉਂਦੇ ਹੈ, ਖਰੇ ਖੋਟੇ ਦੀ ਪਰਖ ਇਹਨਾਂ ਨੂੰ ਕਰਦੇ ਗੱਲ ਟਣਕਾ ਕੇ। ਆਓ ਰਾਜੇ ਖੇਲੇ ਸੱਚੇ ਸੱਜਣ ਮਿਲਦੇ ਜੱਥੀਆਂ ਪਾ ਕੇ, ਰਾਜੇ ਖੇਲੇ ਸੱਚੇ ਸੱਜਣ ਮਿਲਦੇ ਜੱਥੀਆਂ ਪਾ ਕੇ, ਉਧਰ ਰਾਜੇ ਖੰਭਣ ਦਾ ਸਨਮਾਨ ਵਿਸ਼ੇਸ਼ ਤੌਰ ਤੇ ਕੀਤਾ ਗਿਆ। ਕਹਿੰਦੇ ਬਾਵੇ ਪ੍ਰਕਾਸ਼ ਦੇ ਨਾਲ ਬੜੀ ਮੁਬਾਰਕਬਾਦ ਅਰਜੀਤ ਕੋਲੀ ਹੋਈ, ਅੱਜ ਕਹਿੰਦੇ ਜੇਬਾਂ ਭਰੀਆਂ ਹੋਈਆਂ ਪੀਰ ਦੇ ਲੋਕਾਂ ਦੇ ਨਾਲ ਵੀ ਸ਼ਾਮ ਨੂੰ ਮਾਣ ਹੋਵੇ। ਭਾਈ ਦਰਲੇ ਪਾਸੇ ਬੱਲੇ ਬੱਲੇ ਬੱਲੇ, ਉਹ ਭੱਜੀ ਹੋਏ ਬਾਈ, ਉਹ ਭੱਜੀ ਹੋਏ ਬਾਈ, ਉਹ ਭੱਜੀ ਹੋਏ ਬਾਈ, ਉਧਰ ਕਹਿੰਦੇ ਹੈਨ ਬਾਈ ਦੇ ਗੋਡੇ ਤੇ ਵੱਜੀ ਹੈ ਤੇ ਬਾਈ ਨੂੰ ਥੋੜੀ ਸੁਸਤੀ ਸੀਗੀ ਤੇ ਬਾਈ ਕਹਿੰਦੇ ਉੱਠ ਖੜਾ ਹੋ ਗਿਆ। ਐਨ ਕਹਿੰਦੇ ਗੱਲਾਂ ਬਾਬਾ ਟਿਕਾਣੇ ਨੇ ਮੇਰੇ ਵੀਰੇ, ਲੁਧਿਆਣੇ ਵਾਲਾ ਗੌਰਵ ਸਾਹਮਣੇ ਤਿਆਰ ਹੈ, ਇੱਕ ਵੱਜ ਗਿਆ ਤੇ ਦੋ ਹੋਰ ਵੱਜ ਗਏ, 11 ਸੇ ਲੱਤਾ ਜਾਣਾ, ਦੂਜਾ ਵੱਜ ਗਿਆ ਕੋਨੀ ਬਾਈ, ਇੱਕ ਰਹਿ ਗਿਆ, ਇੱਕ ਰਹਿ ਗਿਆ, ਇੱਕ ਰਹਿ ਗਿਆ ਹਥੋਈ ਵਾਲਾ, ਇੱਕ ਰਹਿ ਗਿਆ, ਇੱਕ ਰਹਿ ਗਿਆ ਮੇਰੇ ਮਿੱਤਰੋ, ਇੱਕ ਰਹਿ ਗਿਆ। ਗੱਲਾਂ ਲੱਗ ਰਹੀਆਂ ਟਿਕਾਣੇ ਮੇਰੇ ਮਿੱਤਰੋ, ਖੇਡ ਦੇ ਮੈਦਾਨ ਦੇ ਵਿੱਚ ਛੁੱਟੀ ਦਾ ਮੇਲਾ ਖੇਡਿਆ ਜਾ ਰਿਹਾ ਹੈ, ਬਹੁਤ ਛੁੱਟੀ ਦੇ ਮੈਚ ਜਿਹੜੇ ਖੇਡੇ ਜਾ ਰਹੇ ਨੇ, ਸਭ ਖੇਡੀ ਦੇ ਮੇਲੇ ਦੇ ਉੱਪਰ ਗੱਲਾਂ ਟਿਕਾਣੇ ਲੱਗੀਆਂ। ਟਿਕਟ 500 ਚੰਡੀਗੜ੍ਹੀਏ ਨੂੰ, ਜੇ ਆ ਬਾਲ ਤੇ ਟਿਕਟ ਧੋਨੀ ਬਾਈ ਕਹਿੰਦਾ ਗੱਲਾਂ ਟਿਕਾਣੇ ਵਾਲਾ ਚੋਰ ਤੋੜਦਾ ਮੇਰੇ ਮਿੱਤਰੋ, ਨੌਰੇ ਦੀ ਟੀਮ ਭਾਰੀ ਹੁੰਦੀ ਨਜ਼ਰ ਆ ਰਹੀ ਹੈ, ਉਧਰ ਮਨਪ੍ਰੀਤ ਖਰੌਰ ਮੇਰੇ ਮਿੱਤਰੋ ਵਿਸ਼ੇਸ਼ ਤੌਰ ਤੇ ਪੁੱਜਿਆ ਹੋਇਆ ਭਰਾ ਸਾਡਾ, ਐਨ ਕਹਿੰਦੇ ਕ੍ਰਿਕਟ ਦੇ ਉੱਪਰੋਂ ਆਪਾ ਮਾਰਦਾ ਵੀ ਯਾਰੀਆਂ ਨੇ ਯਾਰੀਆਂ ਪਵਾਉਣ ਵਾਲਾ ਸਾਡਾ ਵੀਰ ਜੇ ਸੌਦੇ ਪੁੱਜਿਆ ਮਨਪ੍ਰੀਤ ਖਰੌਰ ਵੀਰ ਦਾ ਬਹੁਤ ਬਹੁਤ ਧੰਨਵਾਦ, ਆਪਣੇ ਯਾਰਾਂ ਬੇਲੀਆਂ ਦੇ ਨਾਲ ਪੁੱਜਿਆ ਹੋਇਆ ਮੇਰੇ ਮਿੱਤਰੋ, ਮਿੱਤਰ ਮੰਡਲੀ ਦੇ ਨਾਲ ਪੁੱਜਿਆ ਹੋਇਆ ਆ ਚੰਡੀਗੜ੍ਹੀਆ ਰਾਣਾ ਮੇਰੇ ਮਿੱਤਰੋ, ਜਿਹਨੇ ਹੁਣ ਲੁਧਿਆਣੇ ਵਾਲਾ ਵਾਪਸ ਮੋੜ ਰਿਹਾ, ਆਹ ਲੁਧਿਆਣੇ ਵਾਲਾ ਵਾਪਸ ਮੋੜ ਰਿਹਾ, ਸਾਹਮਣੇ ਚਲੈਨਾ ਵਾਲਾ ਆ ਗਿਆ, ਸ਼ੇਰ ਸਾਹਮਣੇ ਕਹਿੰਦੇ ਚਲੈਨੇ ਵਾਲਾ ਆ ਗਿਆ, ਹਰਮਨ ਬਾਈ ਦਾ ਧੰਨਵਾਦ ਦੇ ਨਾਲ ਸਾਡਾ ਭਰਾ ਮਨਪ੍ਰੀਤ ਕਹਿੰਦੇ ਸਿੱਧੂ ਬਾਈ ਦਾ ਕਹਿੰਦੇ ਧੰਨਵਾਦ ਕਰਦੇ, ਹਰਮਨ ਵਰਗੇ ਵੀਰ ਸਾਡੇ ਬੈਠੇ ਹੈ, ਮਨਪ੍ਰੀਤ ਵਰਗੇ ਬੈਠੇ ਸਾਰੇ ਵੀਰਾਂ ਦਾ ਧੰਨਵਾਦ, ਸਾਹਮਣੇ ਕਹਿੰਦੇ ਬਾਲ ਪੈਂਦੀ ਹੈ ਚੰਡੀਗੜ੍ਹੀਆ ਰਾਣਾ ਮੇਰੇ ਵੀਰੇ, ਇਹਦੇ ਦੇ ਪਾਸੇ ਖੇਡਿਆ ਹੋਇਆ ਸ਼ਾਟ ਤੇ ਵੇਖਾਂਗੇ ਸਿੰਗਲ ਰਨ ਦੇ ਕਹਿੰਦੇ ਵਾਧੇ, ਖੇਡ ਗਰਾਊਂਡ ਦੇ ਅੰਦਰ ਭੱਜ ਕੇ ਮੁੰਡੇ ਨੇ ਕਹਿੰਦੇ ਪੂਰੇ ਕੀਤੇ ਹੈ, ਇੱਕ ਰਨ ਦੇ ਵਾਧੇ ਜਿਹੜੇ ਹੋ ਚੁੱਕੇ ਮੇਰੇ ਵੀਰੇ, ਵੀ ਮਾਰੀ ਤੇ ਸਕਰੀਨ ਸ਼ੋਟ ਨਹੀਂ ਕਰੀਆਂ ਚੈਟਾਂ ਦੇ ਤੇ ਦੁਖੀ ਬੱਲੇ ਦੇ ਨਾਲ ਕਰੀ ਦੀ ਚੌੜ ਨਹੀਂ, ਜਿਹੜਾ ਚੋਪਰ ਗੇੜੇ ਦਿੰਦਾ ਪਿੰਡ ਦੀਆਂ ਗਲੀਆਂ ਚ ਕੇ ਆਰਮੀ
ਵਾਲੀ ਵਾਰੀ ਕੱਢਦਾ ਉਸਦੇ ਦੌੜ ਰਹੀ ਕਿ ਸੋਹਣੀ ਮਰ ਗਏ ਵਿੱਚ ਧਨਾ ਦੇ ਡੁੱਬ ਮਰ ਗਿਆ ਤੇ ਕੱਚੇ ਘੜੇ ਦੇ ਨਾਲ ਪਾਰ ਉਹ ਲੰਘਿਆ ਨੀ ਕਿ ਮੂਹਰੇ ਬੈਠੇ ਸੋਹਣ ਜਦੋਂ ਉਸਤਾਦ ਹੋਣੀ ਕਿ ਚੇਲੇ ਘਰ ਵਿੱਚ ਲੱਗੀਆਂ ਗੱਲਾਂ ਚੰਗੀਆਂ ਨੀ ਗੱਲਾਂ ਚੰਗੀਆਂ ਨੀ ਅੱਜ ਲੈਣਾ ਵਾਲਾ ਮੇਰੇ ਮਿੱਤਰੋ ਪਟਿਆਲੇ ਵਾਲਾ ਹੱਲਾ ਗੁੱਲਾ ਕਰਵਾ ਗਿਆ ਖੇਡ ਮੈਦਾਨ ਦੇ ਵਿੱਚ ਰਣ ਛੇ ਦਾ ਵਾਧਾ ਕਰ ਗਿਆ ਵੀ ਜਦੋਂ ਵੱਧਦਾ ਟੌਪ ਦਾ ਛੱਕਾ ਦੁਨੀਆਂ ਪੈਂਦੀ ਨੱਚ ਮਿੱਤਰੋ ਅੱਜ ਕੱਲ ਵੱਧ ਗਿਆ ਗਾਸਪ ਦਾ ਕਰੇਜ ਇਹ ਵੀ ਗੱਲ ਸੋਲਾ ਨੇ ਸੱਚ ਮਿੱਤਰੋ ਬਿਨਾਂ ਟਿਕਾਣੇ ਪਟਵਾਰੀ ਕਹਿੰਦੇ ਗੁਰਦਾਸਪੁਰੀਆ ਪੁੱਜਿਆ ਹੋਇਆ ਆਹ ਚੋਟੀ ਦੀ ਬਾਹਰ ਭਾਬੀ ਮੁੰਡੇ ਨੇ ਚਿੱਟੀ ਗੜੀਆਂ ਵਾਲਾ ਮੇਰੇ ਮਿੱਤਰੋ ਵੀ ਮਾਰ ਮਾਰ ਡੰਡ ਛਾਤੀ ਪਈ ਹੁੰਦੀ ਹੈ ਤਾਂ ਹੀ ਗੱਭਰੂ ਦੀ ਚਰਚਾ ਪਿੰਡ ਪਿੰਡ ਹੁੰਦੀ ਹੈ ਚੜੀਏ ਜਵਾਨੀ ਨਾ ਕਿਸੇ ਗੱਲ ਦਾ ਗਰੂਰ ਹੈ ਵੀ ਉੱਮੀ ਮਾਲਵੇ ਦਾ ਜੱਟ ਕਾਫੀ ਕ੍ਰਿਕਟ ਚ ਮਸ਼ਹੂਰ ਹੈ ਵੀ ਉੱਮੀ ਮਾਲਵੇ ਦਾ ਜੱਟ ਪਾਹੀ ਕ੍ਰਿਕਟ ਚ ਮਸ਼ਹੂਰ ਹੈ ਅੱਜ ਮਾਲਵੇ ਦਾ ਖੇਡ ਮੇਲਾ ਮੇਰੇ ਮਿੱਤਰੋ ਖੇਡਿਆ ਜਾ ਰਿਹਾ ਦੁਆਬੇ ਪੁਆਧ ਦੀਆਂ ਗੱਲਾਂ ਮਾਝੇ ਵਾਲਾ ਜੱਟ ਵੀ ਆਇਆ ਹੋਇਆ ਗੱਲਾਂ ਟਿਕਾਣੇ ਮੇਰੇ ਮਿੱਤਰੋ ਵੀ ਪਟਵਾਰੀ ਗੁਰਦਾਸਪੁਰੀ ਆਇਆ ਹੋਇਆ ਆਹ ਓਵਰ ਸਮਾਪਤ ਹੈ 65 ਬਣ ਗਏ ਚਾਰ ਓਵਰ ਸ਼ੁਰੂ ਹੋ ਰਿਹਾ 65 ਬਣ ਗਏ ਚਾਰ ਓਵਰ ਕਹਿੰਦੇ 65 ਬਣ ਗਏ ਚਾਰ ਓਵਰ 65 ਬਣ ਗਏ ਮੇਰੇ ਵੀਰੋ ਲਾਸਟ ਕੁਆਟਰ ਜਿਹੜਾ ਖੇਡਿਆ ਜਾ ਰਿਹਾ ਇਸ ਤੋਂ ਬਾਅਦ ਪਹਿਲਾ ਸੈਮੀ ਦੂਜਾ ਸੈਮੀ ਤੇ ਫਾਈਨਲ ਤਿੰਨ ਮੈਚ ਜਿਹੜੇ ਬਾਕੀ ਨੇ ਮੇਰੇ ਵੀਰੋ ਦੂਜੇ ਸਾਲ ਦੇ ਵਿੱਚ ਭਾਈ ਕਾਨ ਸਿੰਘ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਦੂਜੇ ਸਾਲ ਦੇ ਵਿੱਚ ਵੱਡਾ ਮੇਲਾ ਭਰਾਵਾਂ ਨੇ ਕਹਿੰਦੇ ਕਰਵਾਇਆ ਤੇ ਅੱਜ ਫਾਈਨਲ ਡੇ ਕਹਿੰਦੇ ਖੇਡਿਆ ਜਾ ਰਿਹਾ ਤਿੰਨ ਮੈਚਾਂ ਤੋਂ ਬਾਅਦ ਕਹਿੰਦੇ 2024 ਦਾ ਮੇਲਾ ਜਿਹੜਾ ਸਮਾਪਤ ਹੋ ਜਾਣਾ ਫਿਰ ਅਗਲੇ ਸਾਲ 2025 ਦੇ ਵਿੱਚ ਕਹਿੰਦੇ ਮੇਲਾ ਖੇਡਿਆ ਜਾਣਾ ਹੈ 12 ਮਹੀਨੇ ਨਿਕਲੇ ਪੈਣੇ ਹੈ 365 ਦਿਨ 55 ਹਫ਼ਤੇ 8,707 ਘੰਟੇ 525,600 ਮਿੰਟ 3,00,00,000 ਚੋਟੀ ਦਾ ਸੌਂਗ ਪੰਜਾਬੀ ਇੰਡਸਟਰੀ ਦਾ ਮਾਨ ਇਨਕਾਊਂਟਰ ਸੌਂਗ ਆ ਰਿਹਾ ਮੇਰੇ ਮਿੱਤਰੋ ਲਾਈਕ ਤੇ ਸ਼ੇਅਰ ਜਰੂਰ ਕਰਨਾ ਆਹ ਗੱਲਾਂ ਟਿਕਾਣੇ ਲੱਗਣਗੀਆਂ ਕਹਿੰਦਾ ਅਗਲੇ ਸਾਲ ਇੰਦਰਜੀਤ ਜੋਨੀ ਬਾਈ ਦਾ ਸਨਮਾਨ ਜਿਹੜਾ ਕੀਤਾ ਜਾ ਰਿਹਾ ਮੇਰੇ ਵੀਰੋ ਬਹੁਤ ਬਹੁਤ ਧੰਨਵਾਦ ਪਰਮ ਪਰਮ ਉਧਰ ਸਾਰੇ ਵੀਰਾਂ ਦੇ ਕਹਿੰਦੇ ਧੰਨਵਾਦ ਸਾਡਾ ਭਰਾ ਮਨਪ੍ਰੀਤ ਖਰੌੜ ਕਹਿੰਦੇ ਐਸ ਕੇ ਖਰੌੜ ਗਰੁੱਪ ਵਾਲੇ ਮਸ਼ਹੂਰ ਹੈ ਵੀਰ ਸਾਡੇ ਹਰਮਨ ਖਰੌੜ ਔਰ ਬੱਬਲ ਪਸ਼ੂ ਗਰੁੱਪ ਪਟਿਆਲੇ ਵਾਲੇ ਵੀਰ ਸਾਡੇ ਬਹੁਤ ਬਹੁਤ ਧੰਨਵਾਦ ਲਖਵਿੰਦਰ ਖਰੌੜ ਪਸ਼ੂ ਪਟਿਆਲਾ ਗਰੁੱਪ ਵਾਲੇ ਸਾਰੇ ਵੀਰਾਂ ਦਾ ਕਹਿੰਦੇ ਧੰਨਵਾਦ ਕਰਦੇ ਜਿੰਨੇ ਵੀ ਵੀਰ ਸਾਡੇ ਯਾਰਾਂ ਦੀਆਂ ਯਾਰੀਆਂ ਪਗਾਉਣ ਦੇ ਵਾਸਤੇ ਕਹਿੰਦੇ ਅੱਜ ਦੇਖੇ ਨੇ ਮੇਲੇ ਤੇ ਪੁੱਜੇ ਹੈ ਸਾਰੇ ਵੀਰਾਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਕਹਿੰਦੇ ਧੰਨਵਾਦ ਮਨਪ੍ਰੀਤ ਵਰਗੇ ਵੀਰ ਸਾਡੇ ਐਸ ਕੇ ਖਰੌੜ ਵਰਗੇ ਵੀਰ ਸਾਡੇ ਤੇ ਹਰਮਨ ਵਰਗੇ ਬੱਬਲ ਪਸ਼ੂ ਖਰੌੜ ਪਟਿਆਲਾ ਲਖਵਿੰਦਰ ਖਰੌੜ ਪਸ਼ੂ ਪਟਿਆਲਾ ਸਾਰੇ ਵੀਰਾਂ ਦਾ ਕਹਿੰਦੇ ਧੰਨਵਾਦ ਕਰਦੇ ਹੈ ਸਾਡੀ ਹਸੋਈ ਵਾਲਾ ਕਰਦੇ ਗੱਲ ਬੱਲੇ ਬੱਲੇ ਉਹ ਮੇਰੇ ਮਿੱਤਰੋ ਟਿਕਾਣੇ ਗੱਲਾਂ ਲੱਗੀਆਂ ਹੋਈਆਂ ਨੇ ਐਸ ਕੇ ਖਰੌੜ ਗਰੁੱਪ ਵਾਲੇ ਭਰਾ ਮਨਪ੍ਰੀਤ ਖਰੌੜ ਨੇ ਚੀਜ਼ੇ ਤੌਰ ਤੇ ਪੁੱਜੇ ਹੋਏ ਆ ਮੇਰੇ ਮਿੱਤਰੋ ਪਿਆਰ ਰਣਜੀਤ ਸਿੰਘ ਧੋਨੀ ਵੀ ਉਹਨਾਂ ਦੇ ਨਾਲ ਗੱਲਾਂ ਟਿਕਾਣੇ ਲੱਗੀਆਂ ਹੋਈਆਂ ਨੇ ਸਾਧੂ ਫੇੜੀ ਦੇ ਮੇਲੇ ਦੀਆਂ ਲਓ ਪਰਮ ਮੇਰੇ ਮਿੱਤਰੋ ਕਹਿੰਦੇ ਬਾਲਾਂ ਮਾਰਿਆ ਖੇਡ ਦੇ ਮੈਦਾਨ ਦੇ ਵਿੱਚ ਮੁੰਡਾ ਨੌਵੇਂ ਪਿੰਡਾਂ ਵਾਲਾ
ਸਾਹਮਣੇ ਮੁੰਡਾ ਚੜੈਲਾਂ ਦੀ ਧਰਤੀ ਦਾ ਖੇਡ ਮੈਦਾਨ ਦੇ ਵਿੱਚ ਪੂਰੀ ਤਿਆਰੀ ਦੇ ਵਿੱਚ ਹੈ। ਵੀ ਇਰਾਦੇ ਪੱਕੇ ਹੋਣ ਤਾਂ ਮੰਜ਼ਿਲ ਮਿਲ ਜਾਂਦੀ, ਘਰ ਬੈਠਿਆਂ ਗੱਲਾਂ ਮਾਰ ਕੇ ਕੁਝ ਨੀ ਹੱਲ ਹੁੰਦਾ। ਉਹ ਵੀ ਬੋਤਲਾਂ ਨੇ ਜਿੱਤਣਾ ਕੀ ਮੈਦਾਨਾਂ ਨੂੰ ਜਿੱਤਦੇ ਆਖਰ ਨੂੰ ਇੱਕ ਵਿੱਚ ਜਿਹਨਾਂ ਦੇ ਬਲ ਹੁੰਦਾ, ਵੀ ਇੱਕ ਵਿੱਚ ਜਿਹਨਾਂ ਦੇ ਬਲ ਹੁੰਦਾ। ਅੱਜ ਸਭ ਹੋਏਗਾ ਮੇਲਾ, ਕੌਣ ਜਿੱਤੇਗਾ ਮੇਰੇ ਮਿੱਤਰ? ਗੱਲਾਂ ਲੱਗਣਗੀਆਂ ਟਿਕਾਣੇ, ਉਹ ਗੱਲਾਂ ਹੋਣਗੀਆਂ ਸਮੇਂ ਦੀਆਂ। ਸਮਾਂ ਬਲਵਾਨ, ਆਖਰੀ ਕੁਆਟਰ ਖੇਡਿਆ ਜਾ ਰਿਹਾ, ਇਸ ਤੋਂ ਬਾਅਦ ਦੋ ਸੈਮੀ ਮੇਰੇ ਮਿੱਤਰੋ, ਫਿਰ ਫਾਈਨਲ ਦੀ ਗੱਲ ਹੋਵੇਗੀ। ਨਾਲ 11,151 ਦੇ ਫੈਸਲੇ। ਉਹ ਕਹਿੰਦੇ ਸਾਡਾ ਵੀਰ ਬੱਬੂ ਸਵੈਜ ਮੇਰੇ ਮਿੱਤਰੋ, ਉਹ ਭਰਾ ਦਾ ਵੀ ਧੰਨਵਾਦ ਕਰਦੇ ਹਾਂ ਵੀ ਗੋਲਡਨ ਸਪੌਂਸਰ ਹੈ ਇਸ ਮੇਲੇ ਦਾ। ਸੈਕਿੰਡ ਪ੍ਰਾਈਜ 31,000, ਨਾਲ ਹੀ ਲੰਗਰ ਦੀ ਸੇਵਾ ਸਾਡੇ ਭਰਾ ਵੱਲੋਂ ਕੀਤੀ ਜਾ ਰਹੀ ਹੈ। ਬਹੁਤ ਬਹੁਤ ਧੰਨਵਾਦ ਸਾਡੇ ਭਰਾ ਦਾ। ਲਓ ਪਰਮ ਬਾਲਾ ਪਾਉਣ ਦੇ ਲਈ ਆ ਗਿਆ, ਲਓ ਸਾਹਮਣੇ ਦੇਖਾ ਕੇ ਮੁੰਡਾ, ਕਹਿੰਦੇ ਪਰਮ ਬਾਲ ਪਾਉਣ ਦੇ ਲਈ ਕਹਿੰਦੇ ਤਿਆਰ ਹੈ। ਸਾਹਮਣੇ ਚੁਰੈਲਾਂ ਵਾਲਾ ਖਿਡਾਰੀ ਕਹਿੰਦੇ ਤਿਆਰੀ ਦੇ ਵਿੱਚ ਹੈ, ਸਕਰੀਨ ਦਾ ਖਿਡਾਰੀ ਹੈ ਟੱਕਰ, ਕਹਿੰਦੇ ਦੇਖਣ ਵਾਲੀ ਹੈ ਮੇਰੇ ਵੀਰੋ ਵੀ ਟੱਕਰ ਹੋ ਗਈ ਬੱਬਰ ਸ਼ੇਰਾਂ ਦੀ, ਫੜ ਕੇ ਦੇਖੇ ਕੁੱਲ ਜ਼ਮਾਨਾ ਕਿ ਅੱਜ ਸਾਧੇ ਫੇੜੀ ਦਾ, ਕਹਿੰਦੇ ਕੱਪ ਇਹ ਜਿੱਤਣਗੇ ਜਿਹਨਾਂ ਦੇ ਗੋਲਿਆ ਪੱਟਾ ਬੁੱਟਾਂ ਦੇ ਵਿੱਚ ਜਾਣਾ। ਰਣਜੀਤ ਕੋਡੀ ਫਰੀ ਵੀਰ ਸਾਡੇ ਕਹਿੰਦੇ ਹੈ, ਗੁਰਦਾਸਪੁਰੀ ਪਟਵਾਰੀ ਫਰੀ ਆਖਦੇ ਹੈ ਵੀ 2 ਛੱਕਿਆਂ ਤੇ 1100 ਦਿੱਤਾ ਜਾਣਾ ਮੇਰੇ ਮਿੱਤਰੋ, 2 ਛੱਕਿਆਂ ਤੇ 1100 ਦੇ ਮਾਰ ਹੋਣਗੇ। ਮੁੰਡਾ ਕਹਿੰਦੇ ਪਰਮ ਇਸ ਵੇਲੇ ਬਹੁਤ ਬਹੁਤ ਤਰੀਕੇ ਦੇ ਖੇਡ ਗਰਾਊਂਡ ਦੇ ਅੰਦਰ ਤਿਆਰ, ਸਾਹਮਣੇ ਵੇਖਾਂਗੇ। ਮੁੰਡਾ ਕਹਿੰਦੇ ਚੁਰੈਲਾ ਵਾਲਾ ਤਿਆਰ, 2 ਛੱਕੇ 1100 ਦੇ, ਪਹਿਲਾ 1100 ਦੇ ਹੋਣਗੇ। ਚਲੈਨਾ ਵਾਲਾ ਗੱਭਰੂ ਬੱਲੇ ਬੱਲੇ ਕਰਵਾ ਰਿਹਾ ਖੇਡ ਦੇ ਮੈਦਾਨ ਦੇ ਵਿੱਚ, ਲੈ ਕੇ ਫਸਟ ਏਡ ਜਿੱਤਣੇ ਨੂੰ ਫਿਰਦੇ, ਜਿਹੜੇ ਜ਼ਿੰਦਗੀ ਦੀ ਗੇਮ ਨਖਰੋ ਬੈਟ ਕੰਬਲਾਂ ਦੇ ਵਿੱਚ ਪੂਰਾ ਹੋ ਜੇ, ਕਿੱਡਾ ਕੁ ਸੋਹਣਾ ਏਮ ਨਖਰੋ ਚੱਕ ਫੀਲਿੰਗਾਂ ਜੋ ਕੱਢਾ ਚੱਕੀ ਫਿਰਦੇ। ਉਹ ਮਿੱਤਰਾਂ ਨੇ ਰੱਖੇ ਠਾਰ ਕੇ ਵੀ ਅਸੀਂ ਉਹ ਨੀ ਜੇ ਪਾਉਂਦੇ ਆ ਸਟੋਰੀਆਂ ਪਬਜੀ ਤੇ ਫੁੱਟਾ ਮਾਰ ਕੇ, ਇਹ ਤਾਂ ਕਹਿੰਦੇ ਅਸੀਂ ਇੱਥੇ ਠਾਰ ਠਾਰ ਕੇ ਆਉਣਿਆ। ਚਰੈਲਾ ਵਾਲਾ ਗੱਭਰੋ ਆ ਸ਼ੰਗਾ ਮੇਰੇ ਮਿੱਤਰੋ, 1100 ਹੈਡ ਬਾਲ ਤੇ ਫੈਸਲੇ ਹੋ ਗਏ ਹੈ ਜਾਂ ਨੋ ਬਾਲ ਹੋਵੇਗੀ, ਗੱਲਾਂ ਲੱਗਣਗੀਆਂ ਟਿਕਾਣੇ ਮੇਰੇ ਮਿੱਤਰੋ। ਨੋ ਬਾਲ ਦੇ ਫੈਸਲੇ ਹੋ ਗਏ, ਫ੍ਰੀ ਹਿੱਟ ਹੋਵੇਗੀ ਮੇਰੇ ਮਿੱਤਰੋ। ਨਵੀਂ ਸ਼ੇਰੋਂ ਵਾਲਿਆ ਛੇੜ ਕਰਨੀ, ਨਾਲ ਸਾਹਮਣੇ ਵੇਖਾਂਗੇ ਕਹਿੰਦੇ ਐਨ ਫਿਰ ਗਰਾਊਂਡ ਦੇ ਅੰਦਰ ਮੇਰੇ ਵੀ ਫੈਸਲੇ ਜਿਹੜੇ ਹੋ ਗਏ ਫੈਸਲੇ ਹੋ ਗਏ ਹੈ। ਚਲੈਲਾ ਵਾਲਾ ਕਹਿੰਦੇ ਸਾਹਮਣੇ ਖੇਡ ਦੇ ਗਰਾਊਂਡ ਦੇ ਅੰਦਰ ਤਿਆਰੀ ਦੇ ਵਿੱਚ ਹੈ, ਮੈਂ ਵੀ ਤਾਂ ਬਾਲ ਮੁੰਡਿਆ ਪਰਮ ਕਹਿੰਦੇ ਬਾਲ ਪਾ ਰਹੇ ਹੈ, ਇਧਰ ਚਲੈਲਾ ਵਾਲੇ ਨੇ ਕਹਿੰਦੇ ਟਰਾਈ ਕੀਤੀ ਹੈ, ਖੇਡਰ ਕਹਿੰਦੇ ਸਾਹਮਣੇ ਮੌਜੂਦ ਹੈ ਤੇ ਦੇਖਾਂਗੇ ਵੀ ਏਕੜਾਂ ਦੇ ਵਾਧੇ ਜਿਹੜੇ ਖਿਡਾਰੀ ਨੇ ਖੇਡ ਗਰਾਊਂਡ ਦੇ ਕੀਤੇ ਹੈ, ਏਕੜਾਂ ਦੇ ਜਿਹੜੇ ਵਾਧੇ ਕੀਤੇ ਮੇਰੀ ਵੀਰੇ ਚਿੱਲੀ ਦੇ ਕਿੰਨੇ ਹੋਏ ਨੇ ਦੱਸੀ ਜੀ ਟਾਰਗੇਟ ਕਿੰਨਿਆਂ ਦਾ ਕਿੰਨਿਆਂ ਹਾਰ ਗਿਆ ਭਾਈ ਯਾਰ ਮੈਂ ਜੀ।
ਕਰ ਦੋ ਸ਼ੇਅਰ ਕਰ ਦੋ ਬਾਈ। ਖੇਡ ਮੈਦਾਨ ਦੇ ਨਾਲ ਮੇਰੇ ਮਿੱਤਰ ਖੇਡ ਦੇ ਮੈਦਾਨ ਦੇ ਵਿੱਚ ਤੇ ਬਾਲਾ ਚਲੈਲਾਂ ਵਾਲੇ ਨੇ ਪਾਉਣੀਆਂ ਨੇ। ਕਰ ਦੋ ਸ਼ੇਅਰ ਕਰ ਦੋ ਮੇਰੇ ਸਾਰੇ ਭਰਾ। ਸੈਮੀ ਪਹਿਲਾਂ ਖੇਡਿਆ ਜਾਣਾ ਮੇਰੇ ਮਿੱਤਰ, ਪਹਿਲਾਂ ਲੱਗਣਗੇ ਟਕਾਰੇ ਵਿੱਕੀ ਤੇ ਰਾਣੇ ਦੀ ਟੱਕਰ। ਯਾਰ ਬੈਲੀ ਆਏ ਹੋਏ ਆ, ਰਣਜੀਤ ਧੋਨੀ ਉਹਨਾਂ ਦੇ ਯਾਰ ਬੈਲੀ ਆਏ ਹੋਏ ਆ ਮੇਰੇ ਮਿੱਤਰੋ, ਵੀ ਸਾਨੂੰ ਫਖਰ ਦੋਸਤਾਂ ਤੇ ਹੁਣ ਵਿੱਚ ਯਾਰੀ ਦੇ ਚਰਚੇ ਰਾਜੇ ਖੇਲੇ ਸੌ ਰੱਬ ਦੀ ਸੱਚੇ ਯਾਰ ਨਹੀਂ ਜਾਂਦੇ ਪਰਖੇ। ਲਓ ਪਹਿਲੇ ਹੋਰ ਦੀ ਸ਼ੁਰੂਆਤ ਚਲੈਲਾਂ ਵਾਲਾ ਗੱਭਰੂ ਖੇਡ ਮੈਦਾਨ ਦੇ ਵਿੱਚ ਕਰਨ ਦੀ ਤਿਆਰੀ ਦੇ ਵਿੱਚ ਹੈ। ਸਾਹਮਣੇ ਚੰਡੀਗੜ੍ਹੀਆ ਰਾਣਾ ਮੇਰੇ ਮਿੱਤਰ, ਚੰਡੀਗੜ੍ਹ ਦੀ ਭੂਤ ਹੈ ਸਾਹਮਣੇ ਸ਼ਾਟ ਯਾਰ ਬਾਈ ਰਾਣੇ ਟਾਰਗੇਟ ਕਹਿੰਦੇ ਨਾ 88। ਕਰ ਦੋ ਸ਼ੇਅਰ ਕਰ ਦੋ ਬਾਈ ਸਾਰੇ ਭਰਾ। ਚੌਕਾ ਵੀਰੇ ਦੂਜੀ ਬਾਲ ਤੇ ਸਾਹਮਣੇ ਚੰਡੀਗੜ੍ਹੀਏ ਕਹਿੰਦੇ ਬੱਲੇ ਬੱਲੇ ਕਰਵਾਉਂਦਾ ਹੋਇਆ ਮੇਰੇ ਵੀਰ, ਬੇਟਾ ਕਹਿੰਦੇ ਧੰਨ ਧੰਨ ਕਰਵਾਉਂਦਾ ਹੋਇਆ ਸਾਰੇ ਵੀਰਾਂ ਦਾ, ਕਹਿੰਦੇ ਧੰਨਵਾਦ ਹੈ। ਗੁਰਗਿਆਨ ਕਹਿੰਦੇ ਮਨ ਵੀ ਪਿੰਡ ਵਾਲਾ ਪੁੱਜਿਆ ਹੋਇਆ, ਐਨ ਕਹਿੰਦੇ ਬਿਆੰਤ ਹੋਣੀ ਪਿਆਰੇ ਹੋਣੀ, ਬਾਕੀ ਕਹਿੰਦੇ ਚਰਚਾਂ ਦੇ ਵਿੱਚ ਰਹਿੰਦੇ ਆ ਮੇਰੇ ਵੀਰ, ਤੇ ਨਾਲ ਕਹਿੰਦੇ ਭੈਣੀ ਵਾਲਾ ਜੋਤੀ ਹੈ, ਗਰਮੀ ਫੀਲ ਕਰ ਗਿਆ ਅੱਜ ਤਾਂ ਮਨਵੀ ਵਾਲਿਆ, ਇਹਦੀ ਗੱਲ ਆਪਾਂ ਕਹਿੰਦੇ ਸਾਹਮਣੇ ਨਮੋੜ ਵਾਲਾ ਗੁਰਪ੍ਰੀਤ ਹੀ ਪੁੱਜਿਆ ਹੋਇਆ ਹੈ, ਇੰਸਟਾਗ੍ਰਾਮ ਕਿੰਗ ਹੈ, ਪਰ ਸਾਹਮਣੇ ਦੇਖਾਂਗੇ ਨਾਲ ਪੈਂਦੀ ਹੈ ਚੰਡੀਗੜ੍ਹੀਆ ਮੇਰੇ ਮਿੱਤਰੋ ਬੱਲੇ 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 ਸ਼ਾਟ ਯਾਰ ਰਾਣੇ ਬਾਈ। ਹਾਂ ਰਾਣਾ ਚੰਡੀਗੜ੍ਹੀਆ ਜੀ ਨੇ ਬੱਲੇ ਬੱਲੇ ਕਰਾਤੀ ਖੇਡ ਮੈਦਾਨ ਦੇ ਵਿੱਚ। ਹਰਜੋਤ ਸਾਲੂਵਾਲ ਆਲਮ ਸਾਲੂਵਾਲ ਮੇਰੇ ਮਿੱਤਰੋ, ਹਰਸ਼ ਪਹਾੜਪੁਰ ਤੇ ਰਣਵੀਰ ਸਾਧੂ ਖੇੜੀ, ਤਿੰਨ ਛੱਕਿਆਂ ਤੇ 1100 ਦਿੱਤਾ ਜਾਣਾ ਮੇਰੇ ਵੀਰ, 2 ਵੱਜ ਗਏ ਸੈਮੀ 2 ਵੱਜ ਗਏ ਨਾ ਲਗਾਤਾਰ, 3 ਛੱਕੇ 1100 ਹੋਊਗਾ ਮੇਰੇ ਮਿੱਤਰੋ, ਇੱਕੋ ਹੀ ਵੱਜਿਆ ਇੱਕੋ ਹੀ ਵੱਜਿਆ। ਲਓ ਰਾਣਾ ਚੰਡੀਗੜ੍ਹੀਆ ਮੇਰੇ ਮਿੱਤਰੋ ਖੇਡ ਮੈਦਾਨ ਦੇ ਵਿੱਚ ਆਹ ਵਿੱਚ ਲਗਾਤਾਰ 3 ਛੱਕੇ
1100 ਦੇ ਹੋਣਗੇ ਮੇਰੇ ਮਿੱਤਰੋ, ਇੱਕ ਵੱਜ ਗਿਆ ਦੂਜੇ ਦੀ ਤਿਆਰੀ, ਪਰ ਰਨ ਚਾਰ ਨਹੀਂ ਜੁੜ ਸਕੇ ਖੇਡ ਮੈਦਾਨ ਦੇ ਵਿੱਚ, ਬਾਲ ਡਾਟ ਆ ਮੇਰੇ ਮਿੱਤਰੋ ਖੇਡ ਦੇ ਮੈਦਾਨ ਦੇ ਵਿੱਚ, ਸਿੱਧੂ ਮੂਸੇਵਾਲੇ ਦੀਆਂ ਯਾਦਾਂ ਮਿੱਤ ਮਿੱਤਰੋ ਜੁੜੀਆਂ ਹੋਈਆਂ ਨੇ, ਵੀ ਜੋਰ ਬਿਨਾਂ ਪੱਟਾਂ ਦੇ ਥਾਪੀ ਵੱਜਦੀ ਨਾ, ਇਹ ਹੰਕਾਰ ਰਹੀ ਰੁਤਬਾ ਹੈ ਮੂਸੇਵਾਲੇ ਦਾ। ਆਓ ਮੇਰੇ ਮਿੱਤਰੋ, ਜਿਹਨੇ ਉੱਠ ਕੇ ਇੱਕ ਛੋਟੇ ਜਿਹੇ ਪਿੰਡ ਨੂੰ ਪੂਰੀ ਦੁਨੀਆਂ ਚ ਦੱਸਦਾ ਦੀਆਂ, ਪਿੰਡ ਬਸਦਾ ਤੇ ਬਸਦਾ ਕਿੱਥੇ ਆ, ਰਹਿੰਦੇ ਜੱਗ ਤੱਕ ਨਾਮ ਬੋਲਿਆ ਜਾਊਗਾ ਮੇਰੇ ਮਿੱਤਰੋ, ਵੀ ਕਦੇ ਦਬਿਆ ਨਹੀਂ ਸੀ, ਜਾਲਮਾ ਬਹੁਤ ਦਬਾਇਆ ਸੀ, ਤੂੰ ਸਿੱਧੂਆ ਸੱਚ ਲਿਖਿਆ ਤੇ ਸੱਚ ਬੋਲਿਆ ਗਾਇਆ ਸੀ, ਸਾਰੀ ਜ਼ਿੰਦਗੀ ਘਰ ਧੜਕਣੀ ਤੇਰੀ ਹੋਏ, ਵੀ ਸੂਰਮਿਆਂ ਦੀ ਨੀ ਹੁੰਦੀ, ਬਹੁਤੀ ਉਮਰ ਲਮੇਰੀ ਹੋਏ। ਲਓ ਚੋਟੀ ਦੀਆਂ ਬਾਲਾਂ ਚ ਲੈਣਾ ਵਾਲਾ ਗੱਭਰੂ ਪਾ ਰਿਹਾ, ਆਹ ਮੁੰਡਾ ਬੀਪੀ ਆ ਗਿਆ ਸ਼ੁਰੂ ਵਾਲਿਆ, ਲਓ ਸਾਹਮਣੇ ਦੇਖਾਂਗੇ ਕਿਹੜੇ ਬੀਪੀ ਆ ਗਿਆ ਮੇਰੇ ਵੀਰੋ, 21 ਨੰਬਰ ਦੀ ਕਹਿੰਦੇ ਜਰਸੀ ਪਾਈ ਹੈ, ਜਿਹੜਾ ਪਰਸੋਂ ਦਿਨ ਲੰਘਿਆ ਬਾਈ ਕੀ ਕਾਲੀ ਹਰਦਾਸਪੁਰੀ ਦਾ ਨੀ ਪਤਾ ਵੀਰੇ, ਸਾਡਾ ਸਭ ਤੋਂ ਲੰਮਾ ਦਿਨ ਹੁੰਦਾ ਕਦੇ 21 ਜੂਨ ਦਾ ਤੇ 22 ਦਸੰਬਰ ਕਹਿੰਦੇ ਸਾਲ ਦਾ ਸਭ ਤੋਂ ਛੋਟਾ ਦਿਨ ਹੁੰਦਾ ਤੇ 21 ਨੰਬਰ ਦੀ ਜਰਸੀ ਮੁੰਡੇ ਨੇ ਪਹਿਨੀ ਹੈ, ਬੀਪੀ ਆ ਕਹਿੰਦੇ ਮੁੰਡਾ ਬੱਲੇ ਬੱਲੇ ਕਰਾਉਂਦਾ ਭੱਜ ਕੇ, ਕਹਿੰਦੇ 2 ਰਨ ਦੇ ਵਾਧੇ ਮੁੰਡੇ ਨੇ ਕੀਤੇ ਹੈ, ਤੇ ਵੇਖਾਂਗੇ ਵੀ ਓਵਰ ਸਮਾਪਤ ਤੇ ਹੋਈ ਵਾਲਾ ਸੈਫੀ ਦੱਸੋ ਮੁੰਡਾ ਕਿੰਨੇ ਬਣ ਗਏ ਮੇਰੇ ਮਿੱਤਰ, ਇੱਕ ਓਵਰ ਦੀ ਸਮਾਪਤੀ 19 ਬਣ ਗਏ, ਉਹਨਾਂ ਦੇ ਵੀ 19 ਅਸੀਂ ਸ਼ੇਰ ਵਾਲੇ ਆ, ਗੱਲਾਂ ਟਿਕਾਣੇ ਆ, ਹਲੇ ਤੱਕ ਕੱਪ ਬਰਾਬਰ ਹੀ ਪਿਆ, ਕੁਝ ਵੀ ਹੋ ਸਕਦਾ, ਵੀਰ ਹਲੇ ਕਮਾਨ ਦੇ ਵਿੱਚ ਹੈ, ਯਾਰ ਹਲੇ ਮੈਦਾਨ ਦੇ ਵਿੱਚ ਹੈ, ਕਰ ਦੋ ਵੀਰੇ ਸ਼ੇਰ ਕਰ ਦੋ ਇੱਕ ਸਾਰੇ ਭਰਾ, ਗੱਲਾਂ ਟਿਕਾਣੇ ਆ ਮੇਰੇ ਮਿੱਤਰ, ਇੱਕ ਓਵਰ 19 ਬਣ ਗਏ, ਟਾਰਗੇਟ 88 ਦਾ ਜੀ, 88 ਰਨ ਦਾ ਟਾਰਗੇਟ ਆ ਮੇਰੇ ਮਿੱਤਰੋ, ਖੇਡ ਦੇ ਮੈਦਾਨ ਦੇ ਵਿੱਚ ਚੱਲਦਾ ਹੋਇਆ ਮੈਚ, ਚੰਡੀਗੜ੍ਹ ਦੀ ਰਾਣਾ ਪਹਿਲਾ ਸੈਮੀ ਦਦਹੇੜਾ, ਇਹਦੇ ਨਾਲ ਸੂਲਰ ਪਟਿਆਲਾ ਮੇਰੇ ਮਿੱਤਰੋ, ਦਲਹੇੜਾ ਤੇ ਪਟਿਆਲੇ ਦਰਮਿਆਨ ਚੋਟੀ ਦਾ ਪਹਿਲਾ ਸੈਮੀ ਰੱਖਣੇ ਵਾਲਾ ਜੀਵਾ ਮੇਰੇ ਮਿੱਤਰੋ, ਦੂਜੇ ਪਾਸੇ ਰਾਜਪੁਰੇ ਵਾਲਾ ਮੇਰੇ ਮਿੱਤਰੋ, ਕਹਿੰਦੇ ਪਹਿਲਾਂ ਲੱਗਣਗੇ ਟਿਕਾਣੇ, ਜਿਤਨ ਰਾਜਪੁਰੇ ਵਾਲਾ ਚੋਟੀ ਦੇ ਮੱਲਾਂ ਦੇ ਦਰਮਿਆਨ ਟੱਕਰ ਹੋਊਗੀ, ਪਰ ਅੱਜ ਰੁਕਣ ਦੇ ਮੂਡ ਚ ਨੀ, ਉਹ ਚਲਾਣ ਕੱਟੀ ਆਉਂਦਾ, ਚਲਾਣ ਕੱਟੀ ਆਉਂਦਾ, ਲਓ ਅਗਲੇ ਓਵਰ ਦੀ ਸ਼ੁਰੂਆਤ, ਵੇਖਣ ਵਾਲੀ ਹੈ, ਵੇਖਣ ਵਾਲੀ ਟੱਕਰ, ਵੇਖਣ ਵਾਲੀ ਕਹਿੰਦੇ ਟੱਕਰ ਲੁਧਿਆਣੇ ਵਾਲਾ, ਕਹਿੰਦੇ ਗੌਰ ਦਾ ਇਸ ਵੇਲੇ ਖੇਡ ਗਰਾਊਂਡ ਦੇ ਅੰਦਰ, ਕਹਿੰਦੇ ਬਾਲ ਪਾਉਣ ਦੇ ਲਈ ਤਿਆਰ ਹੈ, ਲੁਧਿਆਣੇ ਦਾ ਕਹਿੰਦੇ ਜੰਕਸ਼ਨ ਮਸ਼ਹੂਰ ਹੈ, ਲੁਧਿਆਣੇ ਦਾ ਕਹਿੰਦੇ ਘੰਟਾ ਘਰ ਮਸ਼ਹੂਰ ਹੈ ਮੇਰੇ ਵੀਰ, ਲੁਧਿਆਣੇ ਦੇ ਕਹਿੰਦੇ ਆਟੋ ਮਸ਼ਹੂਰ ਹੈ, ਲੁਧਿਆਣੇ ਦੇ ਵਿੱਚ ਠੇਕੇ ਵਾਲੇ ਹੈ, ਲੁਧਿਆਣੇ ਦੇ ਵਿੱਚ ਕਾਰਖਾਨੇ ਵਾਲੇ ਹੈ, ਲੁਧਿਆਣੇ ਦੇ ਵਿੱਚ ਪੋਲਿਊਸ਼ਨ ਬਾਹਰ ਜਾ ਰਿਹਾ ਹੈ, ਜੇ ਕੋਈ ਚਿੱਟਾ ਕੁੜਤਾ ਪਜਾਮਾ ਪਾ ਕੇ ਲੁਧਿਆਣੇ ਚਲਿਆ ਜਾਵੇ ਤੇ ਸ਼ਾਮ ਤੱਕ ਕਾਲਾ ਹੋ ਜਾਂਦਾ, ਇਹ ਵੀ ਗੱਲ ਪੱਕੀ ਹੈ ਵੀ ਸਭ ਤੋਂ ਵੱਧ ਪੋਲਿਊਸ਼ਨ ਅੰਮ੍ਰਿਤਸਰ ਤੇ ਲੁਧਿਆਣੇ ਦੇ ਵਿੱਚ ਹੈ, ਮੁੰਡਾ ਲੁਧਿਆਣੇ ਵਾਲਾ ਕਹਿੰਦੇ ਗੌਰਵ ਇਸ ਵੇਲੇ ਬਾਲ ਪਾਉਣ ਦੇ ਲਈ ਤਿਆਰ ਹੈ, ਮੁੰਡਾ ਗੌਰਵ ਮੇਰੇ ਮਿੱਤਰੋ ਲੁਧਿਆਣੇ ਵਾਲਾ ਬਾਲਾਂ ਪਾ ਰਿਹਾ ਖੇਡ ਮੈਦਾਨ ਦੇ ਵਿੱਚ, ਖੇਡ ਮੈਦਾਨ ਦੇ ਵਿੱਚ ਗੌਰਵ ਹੈ, ਲੁਧਿਆਣੇ ਦੀ ਧਰਤੀ ਦਾ ਬਹੁਤ ਸਾਰੀਆਂ ਖੂਬੀਆਂ ਦੱਸੀਆਂ ਪ੍ਰੀਤ ਸ਼ੇਰੋਵਾਲੇ ਨੇ ਲੁਧਿਆਣੇ ਸ਼ਹਿਰ ਦੀਆਂ ਮੇਰੇ ਮਿੱਤਰ, ਗੱਲਾਂ ਟਿਕਾਣੇ ਹੈ ਖੇਡ ਦੇ ਮੈਦਾਨ ਦੇ ਵਿੱਚ, ਲਓ ਅਗਲੀ ਬਾਲ ਗੱਭਰੂ ਖੇਡ ਮੈਦਾਨ ਦੇ ਵਿੱਚ ਫੇਰ ਪਾਉਣ ਦੀ ਤਿਆਰੀ ਦੇ ਵਿੱਚ ਹੈ, ਲੈ ਵੀ ਲੁਧਿਆਣੇ ਵਾਲਿਆ ਪਾਸਰ ਬਾਲ ਸਾਹਮਣੇ ਚੰਡੀਗੜ੍ਹੀਆ ਢੀਕ ਲਓ ਮੇਰੇ ਮਿੱਤਰਾਂ, ਇੱਕ ਪਾਸੇ ਟ੍ਰੈਫਿਕ ਜਾਮ ਬਹੁਤ ਲੱਗਦੇ ਹੈ, ਪਰ ਜਿੱਥੋਂ ਆ ਆਇਆ ਇੱਥੇ ਕੋਈ ਮਸਲਾ ਹੀ ਨੀ ਮੇਰੇ ਮਿੱਤਰੋ, ਜੇ ਮੀਂਹ ਪੈ ਜਾਵੇ ਤਾਂ ਪਾਣੀ ਮਿੰਟੋ ਮਿੰਟੀ ਨਿਕਲ ਜਾਂਦਾ ਹੈ, ਜੇ ਮੀਂਹ ਪੈ ਜਾਵੇ ਤਾਂ ਪਾਣੀ ਮਿੰਟੋ ਮਿੰਟੀ ਨਿਕਲ ਜਾਂਦਾ ਹੈ, ਚੰਡੀਗੜ੍ਹ ਦੇ ਪਾਣੀ ਚ ਨਿਸਾਰ ਬੜਾ ਮੇਰੇ ਮਿੱਤਰੋ, ਜਿਹੜਾ ਮਹੀਨਾ ਕਰੇਗਾ ਉੱਥੇ ਮੂੰਹ ਧੋਣਾ ਰਹੇ ਨਹਾਉਂਦਾ ਰਹੇ ਨਿਕਲ ਜਾਂਦਾ ਮੇਰੇ ਮਿੱਤਰੋ, ਇਹ ਗੱਲ ਪੱਕੀ ਹੈ, ਆ ਕਹਿੰਦੇ ਚੰਡੀਗੜ੍ਹੀਆ ਸੱਚੀ ਗੱਲ ਹੈ, ਪਿੰਪਲ ਦੇ ਰਿੰਕਲ ਮਿੰਟ ਜਾਂਦੇ ਚਿਹਰੇ ਤੋਂ, ਜਿਹੜਾ ਮਹੀਨਾ ਕ ਚੰਡੀਗੜ੍ਹ ਦੇ ਵਿੱਚ ਰਹਿ ਜੇ ਪਿੰਪਲ ਦੇ ਰਿੰਕਲ ਕਹਿੰਦੇ ਚਿਹਰੇ ਤੋਂ ਸਾਫ ਹੋ ਜਾਂਦੇ ਆ, ਵੀ ਐਨ ਆਪਾਂ ਕਹਿ ਦਈਏ ਵੀ ਮੇਰੇ ਵੀਰ ਕੋਈ ਫੇਸ ਵਾਸ਼ ਲਾਉਣ ਦੀ ਕਹਿੰਦੇ ਲੋੜ ਨੀ ਪੈਂਦੀ, ਇਹ ਵੀ ਗੱਲ ਪੱਕੀ ਹੈ, ਦੇਖਾਂਗੇ ਕਰਵਾ ਗਿਆ ਮੁੰਡਾ ਕਦੇ ਧੰਨ ਧੰਨ।
ਗੱਡੀ ਚ ਪੈ ਗਈ ਏਸੀ ਲਾ ਕੇ ਤਾਂ ਜਦ ਤੱਕ ਬੀਬੀ ਖੜਾ ਨਾ ਨੌਰੇ ਵਾਲਾ ਉਦੋਂ ਤੱਕ ਕੁਝ ਵੀ ਹੋ ਸਕਦਾ ਮੇਰੇ ਮਿੱਤਰੋ, ਉਦੋਂ ਤੱਕ ਕੁਝ ਵੀ ਹੋ ਸਕਦਾ। ਨੌਰੇ ਵਾਲਾ ਬੰਦੇ ਮਾਰ ਆ ਗਿਆ ਸਾਹਮਣੇ ਮੇਰੇ ਮਿੱਤਰੋ, ਬੰਦੇ ਮਾਰ ਨਰਿੰਦਰਪਾਲ ਆਊਟ ਕਰਾ ਦਾ ਤੇਜ ਕੇਲ ਲੁਧਿਆਣੇ ਵਾਲਾ ਗੋਲ ਬੰਦਾ ਪਾ ਰਿਹਾ ਹੈ। ਉਹ ਮੁੰਡਾ ਖੇਡ ਦੇ ਮੈਦਾਨ ਦੇ ਵਿੱਚ ਚਰਚਾ ਹੋਇਆ ਹੈ, ਇਹਦੀ ਟੁੱਟੀ ਇਹਦਾ ਸਿੱਕਾ ਚੱਲਦਾ, ਇਹਦਾ ਦੌਰ ਚੱਲਦਾ ਮੇਰੇ ਮਿੱਤਰੋ, ਪਰ ਸਾਹਮਣੇ ਬੰਦੇ ਮਾਰ ਨੌਰੇ ਦੀ ਧਰਤੀ ਦਾ ਚੌਦੇ ਦੇ ਲਾਗੇ ਕਰਕੇ ਮੇਰੇ ਮਿੱਤਰੋ ਚੌੜੇ ਕੁਲਾਵਾ ਏਰੀਆ, ਹਾਂ ਮੇਰੇ ਮਿੱਤਰੋ ਨਾਭੇ ਦਾ ਏਰੀਆ ਪਿੰਡੋ ਦੇ ਲਾਗੇ ਪਿੰਡ ਨੌਰੇ ਪਿੰਡਾਂ ਸਾਹਮਣੇ ਆ ਮੇਰੇ ਮਿੱਤਰੋ, ਤੇ ਲੁਧਿਆਣੇ ਵਾਲਾ ਗੌਰਵ ਬਾਲਾ ਪਾਉਣ ਦੇ ਲਈ ਤਿਆਰ ਖੇਡ ਦੇ ਮੈਦਾਨ ਦੇ ਵਿੱਚ ਚਿੱਟੀ ਗੜੀਆ ਮੁੰਡੇ ਨੇ ਵਾਪਸ ਮੋੜਤਾ, ਮੈਚ ਨੂੰ ਬਹੁਤ ਟਾਈਮ ਲੱਗਦਾ ਰਿਹਾਨ ਬਾਈ ਵੱਲੋਂ ਕਹਿੰਦੇ ਗਿਆਰਾਂ ਸੌ ਬੀਪੀ ਦੇ ਤਿੰਨ ਛੱਕੇ ਦਿੱਤਾ ਜਾਣਾ ਹੈ, ਸਾਹਮਣੇ ਪਾਲ ਪੈਂਦੀ ਹੈ, ਉਹਦਾ ਕਹਿੰਦੇ ਤਿਆਰ, ਪਰ ਲੁਧਿਆਣੇ ਵਾਲਾ ਕਹਿੰਦੇ ਲੈਣ ਤੋਂ ਥੱਲੇ ਗਿਆ ਕਰਨਾ ਹੁੰਦਾ ਕੰਮ ਖਿਡਾਰੀ ਦਾ, ਫਿਰ ਪਤਾ ਲੱਗ ਜਾਣਾ ਟੀਮ ਜਿੱਤੀ ਹਾਰੀ ਦਾ, ਇਹ ਫਿਰ ਪਤਾ ਲੱਗ ਜਾਣਾ ਟੀਮ ਜਿੱਤੀ ਹਾਰੀ ਦਾ। ਲੈ ਵੀ ਲੁਧਿਆਣੇ ਵਾਲੇ ਸਿੱਧੀਆਂ ਪਾ ਦੇ ਬਾਈ ਓ ਸਿੱਧੀਆਂ ਪਾ ਦੇ, ਫੇਰ ਗੱਲ ਬਣਦੀ ਹੈ, ਗਲੀ ਪਾ ਲਈਏ ਗਲੀ ਪਾਣੂ ਪਾਈ ਲਾ ਲਈਏ, ਮਿੱਟੀ ਬਾਲੀ ਉਹਦੇ ਝਲਕਾ ਲੱਗ ਗਿਆ ਮੈਨੂੰ ਲੱਗਦਾ, ਪਹਿਲਾਂ ਟਿਕਾਣੀ ਹੈ, ਪ੍ਰਮਾਤਮਾ ਮਿਹਰ ਕਰੇ ਵੀ ਕਿਸੇ ਵੀ ਖਿਡਾਰੀ ਦੇ ਤੱਤੀ ਵਾਣਾ ਲੱਗੇ, ਜਿੱਦਾਂ ਹੱਸਦੇ ਵਾਦੇ ਆ ਸ਼ੀਰੇ ਵੀ ਆਏ ਆ, ਇੱਥੇ ਹੀ ਹੱਸਦੇ ਵਾਦੇ ਸਾਰੇ ਆਪਾਂ ਆਪਣੇ ਘਰਾਂ ਨੂੰ ਜਾਈਏ ਮੇਰੇ ਮਿੱਤਰੋ, ਸ਼ੀਰਾ ਸ਼ੀਟਾਂ ਵਾਲੀਆਂ ਪੁੱਜਿਆ ਹੋਇਆ, ਪਿਆਰ ਹੈ ਪ੍ਰਬੰਧਕਾਂ ਦੇ ਨਾਲ, ਕਹਿੰਦਾ ਘਰ ਦਾ ਮੇਲਾ ਮੇਰੇ ਮਿੱਤਰੋ, ਗੁਆਂਢ ਦਾ ਮੇਲਾ, ਗੱਲਾਂ ਟਿਕਾਣੇ ਆ ਪੁੱਤਰ ਐਨ, ਗੱਲਾਂ ਟਿਕਾਣੇ ਲਾ ਰਿਹਾ ਸ਼ੀਰੇ ਨੇ ਵੱਡੀ ਚਰਚਾ, ਆਹ ਨਾਲ ਖੇਡ ਮੈਦਾਨ ਦੇ ਵਿੱਚ ਪਰ ਚੰਨਾ ਨਾਮ ਨੌਰੇ ਵਾਲਾ ਖੜਾ, ਕੁਝ ਵੀ ਹੋ ਸਕਦਾ ਮੁਲਕ ਬਾਲ ਭੇਜਦੀ ਬੜਾ ਚੋਟੀ ਦਾ ਮੈਚ, ਚੋਟੀ ਦਾ ਮੈਚ ਆ, ਪੁਰਤਗਾਲ ਤੋਂ ਵੀ ਦੁਨੀਆਂ ਮੈਂ ਵੀ ਜੁੜੀ ਬੈਠੀ ਆ ਮੇਰੇ ਮਿੱਤਰੋ, ਹੁਸਨ ਪੁਰਤਗਾਲ ਦੇ ਚਰਚੇ ਹੁੰਦੇ ਆ, ਖਾਣ ਕਹਿੰਦਾ ਕਨੇਡਾ ਦੇ ਲਾਈਵ ਜੁੜੇ ਬੈਠੇ ਆ, ਪਰ ਸੱਤ ਗੋਰੇ ਨਾਲ ਗੋਰੀਆਂ ਮੀਮਾਂ ਵੀ ਤੱਕਦੀਆਂ, ਸਾਧੋ ਖੇੜੀ ਦਾ ਮੇਲਾ ਮੇਰੇ ਮਿੱਤਰੋ, ਨਾਲ ਪੁਰਤਗਾਲ ਤੋਂ ਕਹਿੰਦੇ ਰੋਨਾਲਡੋ ਦਾ ਸਾਹਿਬ, ਸਾਧੋ ਖੇੜੀ ਜਦੋਈ ਤਾਂ ਹੋਈ ਕੀ ਜਾਂਦਾ, ਆਹ ਲੁਧਿਆਣੇ ਵਾਲਾ ਗੌਰਵ ਮੇਰੇ ਮਿੱਤਰੋ, ਸਾਹਮਣੇ ਨੌਰੇ ਵਾਲਾ ਫਿੱਟ ਹੋਇਆ ਫਰਦਾ ਮਨਪ੍ਰੀਤ ਖਰੌੜ ਬਾਈ, ਇੱਧਰ ਵੇਖ ਨੌਰੇ ਵਾਲਾ ਬੀਬੀ, ਮੈਂ ਪਹਿਲਾਂ ਆਖਿਆ ਆ ਮੁੰਡੇ ਨੇ ਥੋੜੇ ਦਿਨ ਪਹਿਲਾਂ 10,200 ਦੇ ਛੱਕੇ ਮਾਰੇ ਹੋਏ, ਇਹ ਮੁੰਡਾ ਲੈ ਜਾਇਆ ਹੋਇਆ, ਇਹ ਮੁੰਡੇ ਦੀ ਤੁੱਤੀ ਬੋਲਦੀ ਹੈ, ਇਹਦਾ ਦੌਰ ਜਾਂਦਾ ਲੁਧਿਆਣੇ ਵਾਲਿਆ, ਇਹ ਹਰਖਿਆ ਮਾੜਾ ਹੋਏ, ਇਹ ਪਤੰਤਰ ਭੈੜਾ, ਲਓ ਅਗਲੀ ਬਾਲ ਸ਼ੇਰ ਵਾਲਿਆ ਹੋ ਫਿਰੇ ਤਾਂ ਸਾਹਮਣੇ ਕਹਿੰਦੇ ਗੌਰਵ ਫੇਰ ਲੁਧਿਆਣੇ ਵਾਲਾ ਅੱਗੇ ਬਾਲ ਵਾਧਾ ਹੈ, ਸਾਹਮਣੇ ਬੀਬੀ ਤੀਜਾ ਬਸ ਗਿਆ, ਲੈ ਵੀ ਰਿਖਾਣ 1100 ਕਰ ਲੈ ਨੌਜਵਾਨਾਂ, 1100 ਦਿੱਤਾ ਜਾਣਾ ਬੱਲੇ ਬੱਲੇ ਮੇਰੇ ਵੀਰ, ਲੈ ਵੀ 1100 ਲਿਆ ਨੌਜਵਾਨਾਂ, 1100 ਲਿਆਵੇ ਨੌਜਵਾਨਾਂ, ਬੱਲੇ ਬੱਲੇ ਹੋ ਗਈ ਹੈ, 1100 ਦੇ ਤਿੰਨ ਛੱਕੇ ਵੱਜ ਗਏ ਮੇਰੇ ਮਿੱਤਰੋ,
ਗਿਆਰਾਂ ਸੌ ਦੇ ਤਿੰਨ ਛੱਕੇ ਵੱਜ ਗਏ। ਮੇਲਾ ਟਿਕਾਣੇ ਆਓ ਮੇਰੇ ਮਿੱਤਰੋ, ਮੇਲਾ ਚੋਟੀ ਦਾ ਸਾਧੇ ਫੇੜੀ ਪੜਦਾ ਚੱਲਦਾ ਹੈ ਵੀ ਵਧਿਆ ਕਰ ਦੋ ਗਿਆਨੀ ਘੈੜਾ ਪੂਰਾ ਸਹੀ ਗੱਲ ਹੈ ਗਿਆਨੀ ਤਗੜਾ ਵੀ ਪੂਰਾ ਘੈੜਾ ਵੀ ਪੂਰਾ ਢਾਈ ਦਿਨ ਦੀ ਜਨਗਾਨੀ ਤੂੰ ਬਹੁਤਾ ਮਾਣ ਵੀ ਨਾ ਕਰਿਆ ਕਰ ਬਾਜ਼ਾਰ ਹੈ ਰਵੀ ਦਾ ਤੂੰ ਵੀ ਮਿਹਨਤ ਕਰਿਆ ਕਰ ਗੱਲਾਂ ਟਿਕਾਣੇ ਜੇ ਆ ਵਾਰ ਦੇ ਛੱਕਾ ਨਾਲ ਇੱਕ ਪੈਸੇ ਵੀ ਦਿੱਤੀ ਜਾਊਗੀ ਮੇਰੇ ਮਿੱਤਰੋ ਗੱਲਾਂ ਟਿਕਾਣੇ ਪੁਰਤਗਾਲ ਤੋਂ ਪੈਸਾ ਉਹ ਮੇਰੇ ਮਿੱਤਰੋ ਪੋਟ ਹੋ ਕੇ ਆਈਆਂ ਨੇ ਪੈਸਾ ਪੁਰਤਗਾਲ ਤੋਂ ਆਈਆਂ ਹੋਈਆਂ ਨੇ ਆ ਵਾਰ ਦੇ ਛੱਕਾ ਪ੍ਰੈਸ ਦਿੱਤੀ ਜਾਊਗੀ ਆ ਵਾਰ ਦੇ ਛੱਕਾ ਪ੍ਰੈਸ ਦਿੱਤੀ ਜਾਊ ਆਰਾਮ ਦੇ ਪਲਾਂ ਦੇ ਵਿੱਚ ਬੜਾ ਧੰਨਵਾਦ ਕਰਦੇ ਮੇਰੇ ਵੀਰ ਜੀ ਚਾਲੀ ਬਣ ਗਏ ਮੇਰੇ ਮਿੱਤਰ ਓਵਰ ਚਾਲੀ ਬਣ ਗਏ ਮੈਚ ਛੋਟੀ ਦਾ ਜਿੰਮੀ ਦੂਜੀ ਜਿਹੜੀ ਸਮਾਣੇ ਗਈ ਸੀ ਇਹਨੇ ਤਿਆਰ ਹੋਣ ਵਾਸਤੇ ਜਿੰਮੀ ਵੀਰੇ ਭੱਜ ਗਈ ਦੂਜੀ ਆਈਡੀ ਅਰੈਸਟ ਤੇ ਆ ਸਾਹਮਣੇ ਕਹਿੰਦੇ ਨਹਿਰੇ ਵਾਲਾ ਬੀਪੀ ਮੇਰੇ ਮਿੱਤਰੇ ਚੱਲਦੇ ਸਮੇਂ ਦਾ ਕਹਿੰਦੇ ਪ੍ਰਸਿੱਧ ਖਿਡਾਰੀ ਆ ਬੱਲੇ ਬੱਲੇ ਹੋਈ ਪਈ ਹੈ ਮੇਰੇ ਵੀਰੋ ਕਹਿੰਦੀ ਬਾਲ ਪਾ ਚਰੇਲਾ ਵਾਲਾ ਫੇਰ ਬੱਲੇ ਬੱਲੇ ਹੋਣੀਆਂ ਲੱਗੀ ਓਏ ਆਲੋ ਅਰਖ ਬੰਦ ਹੋਈ ਆ ਜਿੰਮੀ ਆਲੋ ਅਰਖ ਚੱਕਰ ਪਿਆ ਬਈ ਨਵੀਂ ਬਾਲਾਂ ਦਾ ਨਾਮ ਦੱਸੀ ਕੀ ਹੈ ਕਰ ਦੋ ਸ਼ੇਅਰ ਕਰ ਦੋ ਬਈ ਨੌਰਿਆ 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 ਕਾਟੋ ਤੇ ਕੈਚ ਵੀ ਛੱਡਿਆ ਫੌਜੀ ਦੇ ਤਾਰੇ ਬੂਟ ਸਣੇ ਲੱਤ ਮਾਰੇ ਮੈਂ ਬਸਣਾ ਫੌਜੀ ਦੇ ਤਾਰੇ ਬੂਟ ਸਣੇ ਲੱਤ ਮਾਰੇ ਮੇਰੇ ਮਿੱਤਰ ਖੇਡ ਦੇ ਮੈਦਾਨ ਦੇ ਵਿੱਚ ਬੱਲੇ ਬੱਲੇ ਹੋਈ ਪਈ ਹੈ ਗੁਰਦਾਸਪੁਰੀ ਕਹਿੰਦਾ ਪਾਕਿਸਤਾਨ ਦੇ ਗੋਲ ਦੀ ਜ਼ਿੰਮੇਵਾਰੀ ਚੱਲ ਰਿਹਾ ਮੇਰੇ ਗੋਲ ਦੀ ਜ਼ਿੰਮੇਵਾਰੀ ਲੈ ਲਈ ਹੱਲਾ ਗੁੱਲਾ ਕਰਾ ਰਿਹਾ ਮੇਰੇ ਮਿੱਤਰੋ ਸਾਹਮਣੇ ਵਾਲਾ ਬੀਪੀ ਹੱਲਾ ਗੁੱਲਾ ਕਰਾ ਰਿਹਾ ਵੀ ਮਾੜੇ ਕੰਮਾਂ ਤੋਂ ਬਚਾ ਕੇ ਜੋ ਸਰੀਰ ਰੱਖ ਲੇ ਉਹੀ ਮਾਰਦੇ ਨੇ ਜ਼ਿੰਦਗੀ ਚ ਮੱਲਾਂ ਵੱਡੀਆਂ ਚਮਕਣਾ ਸਰੀਰ ਦੱਸਦਾ ਕੈਚ ਦਾ ਔਖਾ ਨੀ ਵੀਰੇ ਕੈਚ ਨਹੀਂ ਚੌਕਾ ਰੁਕ ਜਾਂਦਾ ਸਵੇਰੇ ਸ਼ਾਮ ਨੇ ਦੇਣ ਕਸ਼ਟ ਸਰੀਰ ਨੂੰ ਔਰ ਸਜਰਿਆ ਤੂਫਾਨਾਂ ਨੂੰ ਲਾ ਲੈਂਦੇ ਮੂਹਰੇ ਵੀ ਲਾਉਣ ਫੁੱਲਾਂ ਨੂੰ ਸਰਾਣਾ ਜੋ ਥੱਲੇ ਇਹ ਵੀ ਗੱਲ ਪੱਕੀ ਹੈ ਕੋਲਿਪਾਂ ਦੇ ਸ਼ਕੀਨ ਬਾਹਲੇ ਹੋ ਗਏ ਮੁੰਡੇ ਤੇ ਉੱਤੇ ਥੱਲੇ ਚਾਰ ਚਾਰ
ਡਰ ਲੱਗਦੀ ਹੈ। ਰੇਟਾਂ ਦੇ ਨਸ਼ਿਆਂ ਤੋਂ ਪਰਹੇਜ਼ ਕਰੋ ਤਾਂ ਹੀ ਵੱਡੇ ਨਦੀਆਂ ਤੋਂ ਬਚ ਸਕਦੇ ਹੋ। ਬੇਨਤੀ ਹੈ ਪੰਜਾਬ ਦੀ ਜਵਾਨੀ ਨੂੰ, ਸਾਂਭਣ ਦੀ ਲੋੜ ਆ ਮੇਰੇ ਮਿੱਤਰੋ। ਆ ਕਹਿੰਦੇ ਨੋਹਰਿਆਂ ਸ਼ੇਰ ਕਾਲੀ ਲਓ ਸਾਂਭਣੀ ਕਰੋ, ਸ਼ੇਰ ਕਰੋ ਬਾਈ ਮੈਚ ਪੂਰਾ ਤਗੜਾ ਲੱਗਣਾ। ਅਜੇ ਪਾਲ ਬਾਈ ਦਾ ਸਨਮਾਨ ਜਿਹੜਾ ਕੀਤਾ ਜਾਣਾ ਮੇਰੇ ਵੀਰੋ, ਜੀਰਾ ਬਣਾਓ ਲਾਹੌਰੀ ਜੀਰਾ ਬਣਾਓ, ਇਹਨੂੰ ਗੱਲਾਂ ਟਕਾਣੇ ਲੱਗੀਆਂ ਹੋਈਆਂ ਨੇ। ਆ ਬੰਦੇ ਮਾਰ ਨੋਹਰੇ ਵਾਲਾ ਬੰਦੇ ਮਾਰ ਮੋੜਤਾ ਮੇਰੇ ਮਿੱਤਰੋ, ਨੋਹਰੇ ਵਾਲਾ ਬੰਦੇ ਮਾਰ ਮੋੜਤਾ ਆ ਜਾ ਮੋੜਨਾ ਪੈਣਾ ਟਰੈਕਟਰ ਹੈਗਾ ਡੀਏ ਦੇ ਉਹਦੇ ਪੈ ਗਿਆ ਅੱਖ ਜ਼ਰੂਰ ਗਿਆ। ਪਰ ਸੱਤ ਵਾਰੀ ਦਾ ਮੇਲਾ ਖੇਡਿਆ ਜਾ ਰਿਹਾ ਐਨ ਚੋਟੀ ਦਾ ਕੌਣ ਆ ਗਿਆ ਇੱਕ ਲੱਖ ਦੇ ਲਾਗੇ ਦਾ ਕੇ ਨਾਮ ਦਿੱਤੇ ਜਾ ਰਹੇ ਆ ਗੱਲਾਂ ਲੱਗ ਰਹੀਆਂ ਨੇ ਟਕਾਣੇ ਨਾਲ ਤਿੰਨ ਵਾਸ਼ਿੰਗ ਮਸ਼ੀਨਾਂ ਬੈਸਟਾਂ ਦੇ ਲਈ ਹੋਣਗੀਆਂ ਮੇਰੇ ਮਿੱਤਰੋ। ਲਓ ਅਗਲੀ ਬਾਲ ਫੇਰ ਗੱਭਰੂ ਦੀ ਫੇਰ ਤਿਆਰ ਹੈ ਤਾਂ ਕਿ ਕਿਤੇ ਰਣਜੀਤ ਕੋਲੀ ਅੱਜ ਦੇ ਮੇਲੇ ਦਾ ਕਹਿੰਦੇ ਖਜ਼ਾਨਾ ਮੰਤਰੀ ਹੈ। 6:30 ਵਜੇ ਖਜ਼ਾਨਾ ਕਹਿੰਦੇ ਖਾਲੀ ਹੋਣਾ ਮੇਰੇ ਵੀਰੇ ਦੀ ਗੱਲ ਪਾਈ ਹੈ ਕਿ ਖਜ਼ਾਨਾ ਥੋੜਾ ਖਾਲੀ ਹੋਣਾ ਤੇ ਫੇਰ ਦੁਬਾਰਾ ਤੋਂ ਭਰਿਆ ਜਾਣਾ ਮੇਰੇ ਵੀਰੇ। ਬੱਲੇ ਬੱਲੇ ਹੋਣੀ ਹੈ ਉਧਰ ਸਾਡੇ ਭਰਾ ਕਹਿੰਦੇ ਮਨਪ੍ਰੀਤ ਸਿੱਧੂ, ਮਨਪ੍ਰੀਤ ਸਿੱਧੂ, ਰਣਵਿੰਦਰ ਸਿੱਧੂ, ਲਵਪ੍ਰੀਤ ਸਿੰਘਾ, ਭਰਾ ਸਾਡਾ ਗੁਰਪ੍ਰੀਤ ਕਾਕਾ, ਜਗਤਾਰ ਸਿੰਘ ਜੀ, ਜੱਗਾ ਸਿੱਧੂ, ਅਰਸ਼ ਭੰਗੂ, ਹਰਜੋਤ ਬਾਈ ਤੇ ਨਾਲ ਹੈਰੀ ਭੰਨੂ, ਸਾਰੇ ਵੀਰਾਂ ਦਾ ਕਹਿੰਦੇ ਧੰਨਵਾਦ। ਯਾਰਾਂ ਦੀਆਂ ਯਾਰੀਆਂ ਪਕਾਉਣ ਦੇ ਵਾਸਤੇ ਵੀਰ ਕਹਿੰਦੇ ਪੁੱਜੇ ਹੋਏ, ਸਾਰੇ ਵੀਰਾਂ ਦਾ ਕਹਿੰਦੇ ਧੰਨਵਾਦ। ਜਿੰਨੇ ਵੀ ਵੀਰ ਅੱਜ ਦੇ ਖੇਡ ਮੇਲੇ ਤੇ ਜਿੰਨੇ ਵੀ ਭਰਾ ਪੁੱਜੇ ਹੋਏ ਸਾਰਿਆਂ ਦਾ ਧੰਨਵਾਦ ਹੈ। ਆਓ ਗੱਲਾਂ ਟਕਾਣੇ ਲੱਗੀਆਂ ਹੋਈਆਂ ਮੇਰੇ ਮਿੱਤਰੋ, ਸਿੰਘਾ ਕਹਿੰਦੇ ਬਾਲਾ ਪਾ ਰਿਹਾ ਮੇਰੇ ਮਿੱਤਰੋ, ਆਓ ਚਲੈਲਾ ਪਿੰਡ ਵਾਲਾ ਮੁੰਡਾ ਪਟਿਆਲੇ ਵਾਲਾ ਬਾਲਾ ਪਾ ਰਿਹਾ ਹੈ, ਇੱਧਰ ਕਹਿੰਦੇ ਨੌਰੇ ਵਾਲਾ ਗੱਭਰੂ ਖੇਡ ਦੇ ਮੈਦਾਨ ਸ਼ਾਟ ਯਾਰ ਦਿੱਤੀ ਮੇਰੇ ਮਿੱਤਰੋ, ਬਹੁਤ ਆੜਾ ਖੇਡ ਰਿਹਾ ਯਾਰ ਦਿੱਤੀ ਬਾਈ। ਸੋਲਰ ਦਾ ਮੈਚ ਵੀਰੇ, ਅਗਲਾ ਮੈਚ ਆ ਪਹਿਲਾ ਸੈਮੀ, ਬੱਲੇ ਬੱਲੇ ਕਰਾ ਰਿਹਾ ਵਾਸ਼ਿੰਗ ਮਸ਼ੀਨ, ਇਹ ਵੀ ਜਿੱਤਣ ਨੂੰ ਫਿਰਦਾ ਹੈ। ਇੱਕ ਤਾਂ ਮੂਲੇ ਬੰਦਿਆਂ ਨੇ 5 ਓਵਰਾਂ ਨੂੰ ਵੀ ਫਾਈਨਲ ਨੇ ਘਾਟਾ ਲੱਗ ਗਿਆ, ਪਰ ਹਲੇ ਕੁਝ ਵੀ ਹੋ ਸਕਦਾ ਹੈ। 36 ਪਿਆ 36 ਫਾਈਨਲ ਬਾਕੀ ਹੈ, ਤੀਰ ਹਲੇ ਕਮਾਨ ਦੇ ਵਿੱਚ ਹੈ, ਉਹ ਕੋਲ ਹਲੇ ਜਵਾਨ ਦੇ ਵਿੱਚ ਹੈ ਤੇ ਮਸ਼ੀਨਾਂ ਹਲੇ ਡੱਬੇ ਚ ਨੇ, ਓਏ ਮਸ਼ੀਨਾਂ ਹਲੇ ਡੱਬੇ ਚ ਨੇ, ਡੱਬੇ ਚ ਨੇ ਮਸ਼ੀਨਾਂ ਕਹਿੰਦੇ ਡੱਬੇ ਚ ਨੇ, ਬੋਲਟਸ ਕੰਪਨੀ ਦੇ ਮਸ਼ੀਨਾਂ ਨੇ ਮੇਰੇ ਵੀਰੇ, ਘੱਟੋ ਘੱਟ 17-18 ਹਜ਼ਾਰ ਦੀ ਮਸ਼ੀਨ ਹੋਣੀ ਹੈ, ਇਹਦੀ ਗੱਲ ਪੱਕੀ ਹੈ। ਪਰ ਸਾਹਮਣੇ ਦੇਖ ਰਿਹਾ ਮੁੰਡਾ ਕਹਿੰਦੇ ਚਲੈਲਾ ਵਾਲਾ ਕਹਿੰਦੇ ਬਾਲ ਪਾਉਣ ਲਈ ਖੇਡ ਦੇ ਗਰਾਊਂਡ ਦੇ ਅੰਦਰ ਤਿਆਰ ਹੈ, ਸਾਹਮਣੇ ਨੌਰੇ ਵਾਲਾ ਕਹਿੰਦੇ ਟੀਪੀ ਹੈ ਮੇਰੇ ਵੀਰੇ, ਵੀ ਦਾਦੇ ਪੜਦਾਦਿਆਂ ਨੇ ਬਲਦਾ ਦਾ ਜੋੜੀਆਂ ਸੀ, ਪੋਤਿਆਂ ਨੇ ਪੈੜੀਆਂ ਪਕਾਤੀਆਂ, ਕੁਝ ਕੁ ਲੋਕਾਂ ਨੇ ਇੱਥੇ ਜਹਾਜ਼ਾਂ ਦੇ ਝੂਟਿਆਂ ਲਈ ਸੰਗਰੂਰ ਨਹੀਂ ਗਿਆ, ਸਾਈਕਲਾਂ ਸਕੂਟਰਾਂ ਨੂੰ ਲੱਗਿਆ ਬਥੇਰੇ, ਪਰ ਬੰਦਿਆਂ ਦਾ ਇੱਥੇ ਕੋਈ ਸਟੈਂਡ ਨਹੀਂ ਰਿਹਾ। 58 ਬਣ ਕੇ 3 ਓਵਰ 30 ਰਨ ਰਹਿ ਗਏ ਜੀ, 12 ਬਾਲਾਂ 30 ਰਨ ਬਾਕੀ ਹੈ ਚੱਲਦੇ ਹੋਏ ਮੈਚ ਦੇ ਵਿੱਚ। ਨੌਰੇ ਵਾਲੇ ਡੀਪੀ ਨੇ ਮੇਰੇ ਮਿੱਤਰੋ ਬੱਲੇ ਬੱਲੇ ਕਰਵਾਈ ਹੋਈ ਹੈ ਖੇਡ ਦੇ ਮੈਦਾਨ ਦੇ ਵਿੱਚ, 12 ਬਾਲਾਂ 30 ਰਨ ਬਾਕੀ ਹੈ। ਉਧਰ
ਸਾਡਾ ਭਰਾ ਕਹਿੰਦੇ ਅਭੀ ਵਿਰਕ ਮੇਰੇ ਵੀਰੋ ਵੀ ਕਹਿੰਦੇ ਧੰਨਵਾਦ ਹੈ ਅਭੀ ਵਿਰਕ ਕਹਿੰਦੇ ਸਾਡੀ ਜ਼ਿੰਦਗੀ ਦਾ ਮਾਣ ਹੈ ਅੱਜ ਦੇ ਮੈਚਾਂ ਦੇ ਨਾਲ ਫਿਰ ਬੈਠਾ ਮੇਰੇ ਵੀਰੋ ਵੱਡੇ ਮਾਣ ਜਿਹੜੇ ਕੀਤੇ ਹੈ ਬਾਕੀ ਗੁਰਦਾਸਪੁਰ ਪਟਵਾਰੀ ਦੇ ਨਾਲ ਪਿਆਰ ਹੈ ਯਾਰੀ ਹੈ ਅਭੀ ਵਿਰਕ ਬਾਈ ਦਾ ਕਹਿੰਦੇ ਦਿਲ ਦੇ ਗਹਿਰਾਈਆਂ ਦੇ ਵਿੱਚ ਧੰਨਵਾਦ ਕਰਦੇ ਮੇਰੇ ਵੀਰੋ ਧੰਨਵਾਦ ਹੈ ਧੰਨਵਾਦ ਲਾਡੀ ਮੱਗਰ ਵੀ ਆ ਗਿਆ ਮੇਰੇ ਮਿੱਤਰ ਇਹ ਭਰਾ ਦਾ ਵੀ ਧੰਨਵਾਦ ਹੈ ਵੀ ਲਾਡੀ ਮੱਗਰ ਵੀ ਪੁੱਜ ਗਿਆ ਮੇਰੇ ਮਿੱਤਰ ਨਿੰਮਾ ਕਹਿੰਦਾ ਠੋਕ ਵੀ ਲਾ ਕੇ ਧੰਨਵਾਦ ਕਰੀਏ ਉਹ ਸਾਰੇ ਵੀਰ ਜਿੰਨੇ ਵੀ ਪੁੱਜਦੇ ਜਾ ਰਹੇ ਮੇਰੇ ਮਿੱਤਰੋਂ ਕੁਲਦੀਪ ਹਲਵਾਈ ਵੀ ਪੁੱਜਿਆ ਹੋਇਆ ਉੱਧਰ ਉਹ ਵੀ ਗੱਲਾਂ ਟਿਕਾਣੇ ਲਾਉਂਦਾ ਜਿੰਨੇ ਵੀ ਭਰਾ ਰੇਹੜੀਆਂ ਵਾਲੇ ਪੁੱਜਿਆ ਉਹਨਾਂ ਦਾ ਵੀ ਧੰਨਵਾਦ ਕਿਉਂਕਿ ਗਰਾਊਂਡਾਂ ਦੇ ਨਾਲ ਜੁੜਦੇ ਮੇਰੇ ਮਿੱਤਰ ਇੱਧਰ ਮੇਰੇ ਮਿੱਤਰੋਂ ਪਹਿਲਾਂ ਵਾਲਾ ਗੋਰਿਆਂ ਵਾਲੇ ਬੱਤੇ ਲੈ ਕੇ ਵੀ ਆਇਆ ਹੋਇਆ ਭਰਾ ਸਾਡਾ ਇਹਦਾ ਵੀ ਧੰਨਵਾਦ ਹੈ ਉਹ ਦੇਖ ਕਿਵੇਂ ਨੂਣ ਚੱਲਦਾ ਚਮਚੇ ਚ ਘੋਲਦਾ ਗੱਲਾਂ ਲਾਉਂਦਾ ਟਿਕਾਣੇ ਮੇਰੇ ਮਿੱਤਰੋਂਵੀ 30% ਗੈਸ ਕਿੰਨੀ ਕਹਿੰਦਾ ਹੁੰਦਾ ਵੀ ਉਹ ਇੱਕ ਗੈਸ ਵਾਲਾ ਬੜਾ ਮਸ਼ਹੂਰ ਹੋਇਆ ਸੀ ਸਵੀਟਾ 20% ਉਹ ਚਰਚੇ ਆ ਮੇਰੇ ਮਿੱਤਰ ਗੱਲਾਂ ਲੱਗਦੀਆਂ ਟਿਕਾਣੇ ਏਦਾਂ ਕਹਿੰਦਾ ਸੀ ਗੈਸ ਪੂਰੀ 20% ਇਹ ਆ ਮੇਰੇ ਮਿੱਤਰੋ ਕਹਿੰਦੇ ਕੌਣ ਹੈ ਇਹ ਗੁਰਦਾਸਪੁਰੀ ਹੈ ਬਟਾਲੇ ਵਾਲਾ ਪਟਵਾਰੀ ਆ ਮੇਰੇ ਮਿੱਤਰੋ ਗੱਲਾਂ ਲਗਾਉਣਾ ਟਿਕਾਣੇ ਮੇਰੇ ਮਿੱਤਰੋ ਕਿਉਂਕਿ ਪੰਜਾਬ ਦੇ ਵਿੱਚ ਵੱਖਰੇ ਵੱਖਰੀਆਂ ਐਟਮਾਂ ਨੇ ਜਨਮ ਲਿਆ ਜਿੱਥੇ ਜੋਧੇ ਨੇ ਜਨਮ ਲਿਆ ਉੱਥੇ ਐਟਮਾਂ ਵੀ ਬੜੀਆਂ ਪੈਦਾ ਕੀਤੀਆਂ ਪੰਜਾਬ ਦੀ ਧਰਤੀ ਨੇ ਮੇਰੇ ਮਿੱਤਰੋ ਆ ਮੋਰਤਾ ਓਏ ਆ ਪਰਮ ਮੋਰਤਾ ਮੇਰੇ ਮਿੱਤਰੋ ਚਾਈਨਾ ਵਾਲੇ ਨੇ ਅਗਲਾ ਬੱਲੇਬਾਜ਼ ਜਿਹੜਾ ਜਲਦੀ ਨਾਲ ਹੀ ਪੁੱਜੇਗਾ ਇਹ ਅਗਲਾ ਬੱਲੇਬਾਜ਼ ਜਿਹੜਾ ਛੋਟੀ ਨਾਲ ਹੀ ਪੁੱਜੇਗਾ ਬੜਾ ਤਕੜਾ ਮੈਚ ਜਿਹੜਾ ਖੇਡਿਆ ਜਾ ਰਿਹਾ ਹੈ ਇਸ ਤੋਂ ਬਾਅਦ ਪਹਿਲਾ ਸੈਮੀ ਫਿਰ ਦੂਜਾ ਸੈਮੀ ਫਿਰ ਸੁਪਰ ਫਾਈਨਲ ਫਿਰ ਕਹਿੰਦੇ ਮੇਲੇ ਦੀ ਸਮਾਪਤੀ ਹੋਣੀ ਫਿਰ ਅਗਲੇ ਸਾਲ ਮਿਲਾਂਗੇ ਇਹ ਵੀ ਗੱਲ ਪੱਕੀ ਤਾਂ ਇਧਰਲੇ ਪਾਸੇ ਦੇਖਾਂਗੇ ਇੱਕ ਤੱਡੀ ਪਿੰਡ ਦਾ ਪਤਨ ਹੈ ਅਗਲਾ ਬੱਲੇਬਾਜ਼ ਬਿਨਾਂ ਕਿਸੇ ਦੇਰੀ ਤੋਂ ਪੁੱਜੇਗਾ ਕਿੰਨੇ ਰਨ ਬਣ ਗਏ ਦੱਸੀ ਵੀਰੇ ਕਿੰਨੇ ਰਹਿ ਗਏ 30 ਰਨ ਬਾਕੀ ਹੈ ਸ਼ੇਰ ਹੋਣੇ 30 ਰਨ ਬਾਕੀ ਹੈ ਫਿਰ ਧੰਨਵਾਦ ਕਰਾਂਗੇ ਹਰਜੋਤ ਸਾਲੂਵਾਲ ਆਲਮ ਸਾਲੂਵਾਲ ਮੇਰੇ ਮਿੱਤਰੋ ਹਰਸ਼ ਪਹਾੜ ਤੋਂ ਪਹਾੜਪੁਰ ਤੇ ਰਣਵੀਰ ਸਾਧੋ ਫੇੜੀ ਇਹਨਾਂ ਵੀਰਾਂ ਦਾ ਵੀ ਧੰਨਵਾਦ ਕਰਦੇ ਹਾਂ ਅਸੀਂ ਬਹੁਤ ਸਤਿਕਾਰ ਤੇ ਪਿਆਰ ਯੋਗ ਵੀਰ ਹੈ ਲਓ ਅਗਲੀ ਵਾਰ ਗੱਭਰੂ ਦੀ ਖੇਡ ਮੈਦਾਨ ਦੇ ਵਿੱਚ ਸਾਹਮਣੇ ਨੌਰੇ ਵਾਲਾ ਮੇਰੇ ਮਿੱਤਰੋ ਬੀਬੀ ਦਾ ਪਿੰਡ ਔਰ ਚੌਂਦੇ ਦੇ ਲਾਗੇ ਕਰਕੇ ਪਿੰਡ ਚੌਂਦਾ ਨੌਰਾ ਖੱਠੇ ਜੀ ਬੋਲੇ ਜਾਂਦੇ ਆ ਗੱਲਾਂ ਲੱਗਦੀਆਂ ਟਿਕਾਣੇ ਮੇਰੇ ਮਿੱਤਰੋ ਰਣ 30 ਬਾਕੀ ਹੈ ਮੈਚ ਚੱਲਦਾ ਹੋਇਆ ਅਜੇ ਬਾਅਦ ਬੈਂਸ ਬੈਠਾ ਹੈ ਵੀ ਲੰਗਰ ਦੀ ਪੱਧਰੀ ਬਣਾਤੀ ਹੈ ਮੇਰੇ ਮਿੱਤਰੋ ਗੱਲਾਂ ਲੱਗਦੀਆਂ ਟਿਕਾਣੇ ਮੇਰੇ ਮਿੱਤਰੋ ਵੀ ਐਨ ਫੇਰਿਆ ਮੁੰਡਾ ਇਹਨੂੰ ਪੜਾਓ ਲਾਹੌਰੀ ਜੀ ਦਾ ਗੱਲਾਂ ਟਿਕਾਣੇ ਆ ਖੇਡਿਆ ਸ਼ੋਟ ਬੀਬੀ 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 ਇੱਕ ਰਨ ਦੇ ਵਾਧੇ ਹੋ ਗਏ ਮੇਰੇ ਮਿੱਤਰੋ 29 ਰਨ ਬਾਲਾ 10 ਲੋਕ ਅੰਦਾਜ਼ੇ ਲਾਉਣ ਲੱਗੇ ਹੋਏ ਆ ਪਰ ਕਹਿੰਦੇ ਜਿੱਤੇ ਕੋਈ ਮਰਜ਼ੀ ਆਪਾਂ ਤਾਂ ਸਵਾਲ ਹੀ ਲੈਣਾ ਇੱਕ ਤਾੜੀ ਮਾਰ ਦੇ ਮੈਚ ਦਾ ਸਵਾਲ ਆ ਰਿਹਾ ਬਾਕੀ ਕਹਿੰਦੇ 5 ਛੱਕੇ ਬਾਕੀ ਰਹਿ ਗਏ 5 ਛੱਕੇ ਬਾਕੀ ਰਹਿ ਗਏ ਢਡੋਰੀ ਵਾਲਾ ਸ਼ੈਂਕੀ ਵੀ ਤੁਰਿਆ ਹੋਇਆ ਛੇ ਤੌਰ ਤੇ ਕਹਿੰਦੇ ਧੰਨਵਾਦ ਕਰਦੇ ਆ ਖੇਡ ਦੇ ਗਰਾਊਂਡ ਦੇ ਅੰਦਰ ਵਿਰਲੇ ਪਾਸੇ ਮੁੰਡਾ ਕਹਿੰਦੇ ਬਾਲ ਪਾਉਣ ਲਈ ਤਿਆਰ ਹੈ ਸਾਹਮਣੇ ਕਹਿੰਦੇ ਦੀਪੀ ਹੈ ਮੇਰੇ ਵੀਰ ਇਸ ਵੇਲੇ ਕਹਿੰਦੇ ਦੇਖਾਂਗੇ ਨੌਰੇ ਵਾਲਾ ਦੀਪੀ ਆ 5 ਛੱਕੇ 10 ਵਾਲਾ 5 ਛੱਕੇ 10 ਵਾਲਾ 5 ਛੱਕੇ ਪਹਿਲਾ ਕੁਲਦੀਪ ਹਲਾਈ ਕਿੰਨੀ ਤੋਂ ਆ ਗਿਆ ਮੇਰੇ ਮਿੱਤਰਾ ਆਯੁਸ਼ਮਾਨ ਭਾਰਤ ਅਧੀਨ ਤੰਦਰੁਸਤ ਸਿਹਤ ਕੇਂਦਰ ਸਾਧੋ ਹੇੜੀ ਮੇਰੇ ਮਿੱਤਰ ਪਹਿਲਾਂ ਲੱਗਦੇ ਟਿਕਾਣੇ ਬਲਾਕ ਪਾਸੋਂ ਪਟਿਆਲੇ ਜ਼ਿਲ੍ਹੇ ਦੀ ਗੱਲ ਕੀਤੀ ਹੈ ਬਾਹਰ ਉੱਥੇ ਨਿਯਮ ਦੇ ਨਾਲ 6 ਦੇ ਵਾਧੇ ਕਰਦੇ ਛੱਕੇ 4 ਹੀ ਰਹਿ ਗਏ ਪਾਕਿਸਤਾਨ ਦੇ ਬਾਰਡਰ ਤੋਂ ਦੁਨੀਆ ਲੱਗ ਜੁੜੀ ਹੋਈ ਹੈ ਨਿੰਮਾ ਕਹਿੰਦਾ ਆਪਣੇ ਯਾਰ ਦੇ ਵੀ ਪੁੱਜੀ ਜਾਂਦੇ ਹੈ ਸਾਰਿਆਂ ਦਾ ਧੰਨਵਾਦ ਹੈ ਪੀ ਐਸ ਸਾਊਂਡ ਮਾਨਵੀ ਵਾਲਾ ਦਾ ਧੰਨਵਾਦ ਮੇਰੇ ਮਿੱਤਰੋ ਬਹੁਤ ਪਿਆਰੀ ਸਾਹਿਬ ਲੱਗੀ ਹੋਈ ਹੈ ਖੇਡ ਦੇ ਮੈਦਾਨ ਦੇ ਵਿੱਚ ਮੇਲਾ ਚੱਲਦਾ ਹੈ ਉਹ ਚੋਟੀ ਦਾ ਮੇਲਾ 23 ਰਨ ਬਾਕੀ ਹੈ ਮੈਚ ਨੂੰ ਜਿੱਤਣ ਦੇ ਲਈ
ਬਾਲਾ ਨੌ ਉਹ ਗੱਲਾਂ ਟਿਕਾਣੇ ਵੀ ਸਾਡੇ ਖੜੀ ਦਾ ਮੇਲਾ ਚੱਲਦਾ ਚਾਰਿਆ ਚੜਦਾ ਕਿੱਥੇ ਦਾ ਉਪਰਾ ਹੋਣ ਕੇ ਬਦਹੇਰਾ ਤੇ ਸੂਲਰ ਪਟਿਆਲੇ ਦੀਆਂ ਟੀਮਾਂ ਤਿਆਰੀ ਹੋਣ ਕੇ ਰੱਖਣ ਗਿਆ ਪਹਿਲਾਂ ਸੈਲੀ ਖੇਡਿਆ ਜਾਣਾ ਮੇਰੇ ਮਿੱਤਰੋ ਪਹਿਲਾਂ ਸੈਲੀ ਕਿਤੇ ਖੇਡੇ ਜਾ ਰਹੇ ਆ ਮੁੰਡਾ ਕਹਿੰਦੇ ਇਧਰਲੇ ਪਾਸੇ ਬਾਲ ਪਾਉਂਦੇ ਕਹਿੰਦੇ ਤਿਆਰ ਪਰ ਤਿਆਰ ਹੈ ਬਾਕੀ ਕਹਿੰਦੇ ਬੱਲੇ ਬੱਲੇ ਹੋ ਰਹੀ ਹੈ ਮੇਰੇ ਵੀਰ ਮੁੰਡਾ ਕਹਿੰਦੇ ਦੀਪੀ ਦੋਨੇ ਨਾਲ ਖੇਡਦੇ ਗਰਾਊਂਡ ਦੇ ਅੰਦਰ ਤਿਆਰ ਹੈ ਪਾਲ ਪੈਂਦੀ ਆ ਮੇਰੇ ਮਿੱਤਰੋ ਪਾਲ ਪੈਂਦੀ ਆ ਮੇਰੇ ਮਿੱਤਰੋ ਖੇਡਾ ਸ਼ਾਟ ਹਵਾ ਦੇ ਵਿੱਚ ਬਾਹਰ ਤੇ ਇਧਰਲੇ ਪਾਸੇ ਦੇਖਾਂਗੇ ਸੋਹਣਾ ਐਫਰਟ ਕੀਤਾ ਮੁੰਡੇ ਨੇ ਨੌਰੇ ਵਾਲਾ ਬੀਪੀ ਮੋੜਤਾ ਓਏ ਮੁਰਖੋ ਮੈਚ ਦਾ ਰੁੱਖ ਮੋੜਤਾ ਲੱਗਦੀ ਹਵਾ ਨੇ ਰੁੱਖ ਮੋੜਤੇ ਮੇਰੇ ਮਿੱਤਰੋ ਨੌਰੇ ਵਾਲਾ ਬੀਪੀ ਮੋੜਤਾ ਆਹ ਹਾਥੀ ਕਧਾਲਾ ਜੱਟਾਂ ਵਾਲਾ ਮੇਰੇ ਮਿੱਤਰੋ ਗੱਲਾਂ ਲਾਉਣਾ ਟਕਾਵੇ ਬੜਾ ਚੂਟੀ ਦਾ ਮੱਲ ਹੈ ਵੀ ਯਾਮਿਰ ਖਾਨ ਦੇ ਚਰਚੇ ਹੁੰਦੇ ਆ ਪੰਜ ਸੌ ਰੁਪਏ ਜੀ ਨੇ ਕੈਚ ਫੜਿਆ ਮੇਰੇ ਮਿੱਤਰੋ ਆਹ ਸੋਹਣਾ ਕੈਚ ਕੀਤਾ ਪੰਜ ਸੌ ਰੁਪਏ ਦੇ ਨਾਲ ਸਤਿਕਾਰ ਰਣਜੀਤ ਘੋਡੀ ਵੀਰ ਕਹਿੰਦਾ ਉਧਰੋਂ ਹਾਥੀ ਕਧਾਲਾ ਜੱਟਾਂ ਦੀ ਧਰਤੀ ਮੇਰੇ ਮਿੱਤਰੋ ਯਾਮਿਰ ਖਾਨ ਉਹਨਾਂ ਦੇ ਚਰਚੇ ਹੁੰਦੇ ਆ ਵੀ ਹਾਜੀ ਦਿਲਬਾਗ ਖਾਨ ਵਾਲਿਆਂ ਦੇ ਚਰਚੇ ਹੁੰਦੇ ਆ ਮੇਰੇ ਮਿੱਤਰੋ ਤੇ ਹਾਥੀ ਕਹਿੰਦੇ ਜੁੜਿਆ ਹੋਇਆ ਹੁਸ਼ਿਆਰਪੁਰ ਜਿਹੜੇ ਦੀ ਗੱਲ ਕਧਾਲਾ ਜੱਟਾਂ ਦਾ ਹਾਥੀ ਵਰਗੇ ਯਾਰ ਨੀ ਜਾਂਦੇ ਪਾਸੇ ਪਹਿਲਾਂ ਟਕਾਲਿਆ ਮੇਰੇ ਮਿੱਤਰੋ ਜੁੜੀਏ ਫਿਰ ਦੇ ਨਾਲ ਮੈਰੀ ਸ਼ੇਰੋ ਵਾਲਿਆਂ ਕਹਿ ਬੰਦਿਆਂ ਨੂੰ ਫੇਰ ਤਕੜੇ ਐਨ ਕਹਿੰਦੇ ਪਾਕੀ ਤਕੜੇ ਹੋਣਾ ਪੈਣਾ ਪਾਕੀ ਕਹਿੰਦੇ ਤਕੜੇ ਹੋ ਕੇ ਖੇਡਣਾ ਪੈਣਾ ਮੁੰਡਾ ਕਹਿੰਦੇ ਸਾਹਮਣੇ ਤਿਆਰ ਸਾਹਮਣੇ ਕਹਿੰਦੇ ਨੌਰੇ ਵਾਲਾ ਮੁੰਡਾ ਤਿਆਰ ਹੈ ਲੈਫਟੀ ਬੱਲੇ ਪਾ ਲਿਆ ਮੇਰੇ ਮਿੱਤਰੋ ਪਾਲ ਪੈਂਦੀ ਹੈ ਤਾਈ ਗਾ ਜੀ ਪੱਤੀ ਹੈ ਤਾਈ ਇੱਕ ਸੌ ਤੇਈ ਗ੍ਰਾਮ ਦੀ ਕਹਿੰਦੇ ਪਾਲ ਮੇਰੇ ਮਿੱਤਰੋ ਲੈ ਜਲਦੀ ਦੇ ਨਾਲ ਬਾਲ ਪਾਲਿਓ ਸੋਨਾ ਸੋਨਾ ਬੜਾ ਸੀਮਤ ਹੈ ਬੜਾ ਸੀਮਤ ਹੈ ਚਾਰ ਵੱਜ ਕੇ ਤੀਹ ਮਿੰਟ ਦਾ ਸਮਾਂ ਹੋ ਗਿਆ ਚਾਰ ਵੱਜ ਕੇ ਤੀਹ ਮਿੰਟ ਦਾ ਸਮਾਂ ਹੋ ਗਿਆ ਮੇਰੀ ਵੀਰੋ ਚਾਰ ਵੱਜ ਕੇ ਵੀਹ ਮਿੰਟ ਦਾ ਸਮਾਂ ਹੋ ਗਿਆ ਸਾਢੇ ਚਾਰ ਨੂੰ ਫਿਰ ਛੇ ਕੁ ਵਜੇ ਤੱਕ ਦੂਜਾ ਸੈਮੀ ਫਿਰ ਫਾਈਨਲ ਦੀਆਂ ਗੱਲਾਂ ਹੋਣਗੀਆਂ ਗਿਆਰਾਂ ਹਜ਼ਾਰ ਇਕਵੰਜਾ ਸੌ ਦੇ ਫੈਸਲੇ ਇਕਵੰਜਾ ਹਜ਼ਾਰ ਤੇ ਇਕੱਤੀ ਹਜ਼ਾਰ ਦੇ ਫੈਸਲੇ ਲਗਭਗ ਇੱਕ ਲੱਖ ਦੇ ਨੇੜੇ ਨਗਦ ਰਾਸ਼ੀ ਮੰਡੀ ਜਾਣੀ ਮੇਰੇ ਮਿੱਤਰੋ ਇਕੱਲੇ ਨਾਮਾਂ ਬਾਰੀ ਬਾਕੀ ਹੋਰ ਵੱਡੇ ਮਾਨ ਤੇ ਸਨਮਾਨ ਜਿਹੜੇ ਨਗਦ ਰਾਸ਼ੀ ਨਾਲ ਪਲੇਅਰਾਂ ਦੇ ਕੀਤੇ ਜਾ ਰਹੇ ਮੇਰੇ ਮਿੱਤਰੋ ਰਣਜੀਤ ਸਿੰਘ ਧੋਨੀ ਹੋਣੀ ਔਰ ਹੁਸਨ ਵੀਰ ਉਹਨਾਂ ਨੂੰ ਨਾਲ ਬੇਅੰਤ ਭਰਾ ਸਾਡਾ ਨਾਲ ਮੇਰੇ ਮਿੱਤਰੋ ਕਹਿੰਦੇ ਖਾਨ ਵੀਰ ਸਾਡਾ ਨਾਲ ਨਿੰਮੇ ਉਹਨਾਂ ਦੇ ਚਰਚਿਆਂ ਮੇਰੇ ਮਿੱਤਰੋ ਵੱਡਾ ਮੇਲਾ ਕਰਾਇਆ ਸਾਡੇ ਵੀਰਾਂ ਨੇ ਉਮਰ ਤਾਂ ਨਹੀਂ ਸਮਾਪਤ ਹੋਈ ਮੈਚ ਚੱਲ ਰਿਹਾ ਨੇ ਬਾਲਾਂ ਬਾਕੀ ਆ ਮੇਰੇ ਮਿੱਤਰੋ ਆਹ ਦੇਖੋ ਆਰਤੀ ਦੇ ਸਰਾਣੇ ਵਰਗਾ ਆ ਗਿਆ ਆਹ ਦੇਖੋ ਆਰਤੀ ਦੇ ਸਰਾਣੇ ਦਿੜਪੇ ਵਾਲਾ ਲੋਕਰ ਆ ਗਿਆ ਦਿੜਪੇ ਵਾਲਾ ਲੋਕਰ ਪੁੱਜਿਆ ਮੇਰੇ ਵੀਰ ਵੇਖਾਂਗੇ ਮੇਰੇ ਵੀਰ ਛੋਟਾ ਲੁੱਟ ਹੈ ਸਾਧੂ ਖੇੜੀ ਵਾਲਾ ਮੇਰੇ ਮਿੱਤਰੋ ਆਰਤੀਆਂ ਦੇ ਸਰਾਣੇ ਵਰਗਾ ਸਰੀਰ ਚੱਕੀ ਫਿਰਦਾ ਓਏ ਛੋਟਾ ਲੁੱਟ ਗੁਰਦਾਸਪੁਰੀ ਇਹ ਕਹਿੰਦੇ ਵੀ ਸੀਤੋ ਵਾਲੀ ਆ ਸੋਨੂੰ ਕਹਿੰਦੇ ਮਲੇਰਕੋਟਲੇ ਪੁੱਜ ਗਿਆ ਫਿਰ ਕਾਇਮ ਹੋ ਗਿਆ ਵੀ ਮਲੇਰਕੋਟਲੇ ਨੇ ਜੀਰੂ ਰਹਿਮਾਨੀ ਨੇ ਪਹਿਲਾਂ ਮਟਣ ਦੀਆਂ ਚਾਂਪਾਂ ਖਾਏ ਫਿਰ ਗੱਲਾਂ ਟਿਕਾਣੇ ਲੱਗਣ ਗਿਆ ਫਿਰ ਸਾਧੂ ਜਿਹੜੇ ਮੇਲੇ ਨੇ ਪੁੱਜੀ ਫਿਰ ਗੱਲ ਹੋਊਗੀ ਵੀ ਕੀ ਹਾਲ ਚਾਲ ਹੈ ਦੋਸਤ ਗੱਲਾਂ ਲੱਗਣੀਆਂ ਟਿਕਾਣੇ ਮੇਰੇ ਮਿੱਤਰੋ ਓਵਰ ਸਮਾਪਤ ਹੈ 67 ਰਨ
ਬਹਾਦਰ ਸਾਹਿਬ ਮੁੰਡਿਆਂ ਨੇ ਕਿੰਨੇ ਰਹਿ ਗਏ ਜੀ? ਇੱਕੀ ਰਹਿ ਗਏ, ਇੱਕੀ ਰਹਿ ਗਏ, ਇੱਕੀ ਰਹਿ ਗਏ ਧੋਨੀ ਬਾਈ। ਜੇ ਇੱਕੀ ਰਨ ਚੇਂਜ ਕਰਦੇ ਕਿੰਨੇ ਕਰਦੀ ਹੈ? 25 ਰਨ। ਇੱਕੀ ਸੌ ਹੀ ਦਿੱਤਾ ਜਾਵੇ ਮੇਰੇ ਮਿੱਤਰੋ। ਵੱਡੇ ਮਾਨ ਹੋਣਗੇ, ਵੱਡੇ ਮਾਨ ਹੋਣਗੇ। ਸੋਨੀ ਠੇਕੇਦਾਰ ਵੀ ਨੰਦ ਮਾਰਨਾ ਬੱਚਾ ਮੇਰੇ ਮਿੱਤਰੋ। ਇੱਕੀ ਰਨ ਬਾਕੀ ਹੈ, ਜੇ ਮੈਂ ਰਨ ਚੇਂਜ ਕਰਦੇ ਨੌਰੇ ਇੱਕੀ ਸੌ ਦਾ ਸਤਿਕਾਰ ਹੋਵੇ ਮੇਰੇ ਮਿੱਤਰੋ। ਪਿਛਲੇ ਦਿਨੀ ਇੱਥੇ 30 ਰਨ ਬਣਾਏ ਪਰ ਨੌਰੇ ਦੀਪੀ ਖੜਾ ਸੀ। ਹੁਣ ਆਹ ਗੱਲ ਉਦੋਂ ਸੀ, ਗੱਲ ਹੁਣ ਵੀ ਹੈ, ਪਰ ਹੁਣ ਸਮਾਂ ਚੇਂਜ ਹੈ, ਬਾਲਰ ਚੇਂਜ ਹੈ, ਮੈਦਾਨ ਉਹੀ ਹੈ, ਕਮੇਟੀ ਗੱਲਾਂ ਟਕਾਵੇ ਮੇਰੇ ਮਿੱਤਰੋ। ਮਾਨ ਇੱਕੀ ਸੌ ਦਾ, ਇੱਕੀ ਸੌ, ਇੱਕੀ ਸੌ ਮੇਰੇ ਮਿੱਤਰੋ, ਇੱਕੀ ਲਾਉਂਦੇ ਨੇ, ਇੱਕੀ ਸੌ ਦਿੱਤਾ ਜਾਣਾ, ਇੱਕੀ ਸੌ ਦਿੱਤਾ ਜਾਣਾ ਮੇਰੇ ਵੀਰੇ। ਬਾਕੀ ਕਹਿੰਦੇ ਪੱਲੇ ਬੰਦ ਹੋਈ ਹੈ, ਇੱਕੀ ਸੌ ਕਹਿੰਦੇ ਦਿੱਤਾ ਜਾਣਾ ਹੈ। ਉੱਧਰ ਕਹਿੰਦੇ ਸਾਡਾ ਭਰਾ ਹਰਮਨ ਕਹਿੰਦੇ ਬਿਆਲਗੜ੍ਹ ਪਿੰਡ ਵਾਲਾ ਲੈਂਡ ਬੈਠਾ ਮੇਰੇ ਵੀਰੇ। ਅੱਜ ਕੱਲ ਮੋਗੇ ਸ਼ਹਿਰ ਦੇ ਵਿੱਚ ਸੇਵਾਵਾਂ ਨੇ ਤੇ ਮੁੰਡਾ ਕਹਿੰਦੇ ਜੇਸੀਬੀ ਦਾ ਕੋਚ ਹੈ, ਕਹਿੰਦੇ ਸਪਲੈਂਡਰ ਮੋਟਰਸਾਈਕਲ ਦੇ ਨਾਲ ਮੁੰਡਾ ਕਹਿੰਦੇ ਮਸ਼ਹੂਰ ਹੋਇਆ। ਬੜਾ ਧੰਨਵਾਦ ਹਰਮਨ ਸਾਡਾ ਵੀਰ ਹੈ, ਬਿਆਲਗੜ੍ਹ ਪਿੰਡ ਹੈ, ਅੱਜ ਕੱਲ ਮੋਗੇ ਦੇ ਵਿੱਚ ਕਹਿੰਦੇ ਸੇਵਾਵਾਂ ਨੇ ਜੇਸੀਬੀ ਦਾ ਕੋਚ ਹੈ ਮੇਰੇ ਵੀਰੇ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਮੈਚ ਬੜਾ ਜੋਗੀ ਦਾ ਖੇਡਿਆ ਜਾ ਰਿਹਾ ਹੈ, ਅਸੀਂ ਇੱਥੇ ਵਾਲਾ ਕਰਦੇ ਤਗੜੇ ਮੁੰਡੇ ਨੂੰ। ਹਾਂ ਚਲੈਲਾ ਵਾਲਾ ਮੇਰੇ ਮਿੱਤਰੋ, ਚਲੈਲਾ ਵਾਲਾ ਸਾਹਮਣੇ ਨੌਰਿਆ 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 ਫੜਿਆ ਗਿਆ, ਬਚ ਗਿਆ ਮੇਰੇ ਮਿੱਤਰੋ, ਇੱਕ ਬਣ ਗਿਆ। ਪੰਜ ਵਾਲਾ ਵੀ, ਪੰਜ ਵਾਲਾ ਵੀ ਬਣ ਸਕਦੇ ਆ, ਬਿਗੜਿਆ ਕੁਛ ਨੀ, ਡੁੰਬਿਆ ਮੇਰਾ ਨਾ ਬਿਗੜਿਆ ਕੁਛ ਨੀ, ਪਰ ਚਲੈਲਾ ਵਾਲਾ ਟੋਪਰੀਆਂ ਵਾਲਾ ਪਾਉਂਦਾ ਮੇਰੇ ਮਿੱਤਰੋ। ਵੀ ਹਰ ਦਿਨ ਐਤਵਾਰ ਨਹੀਂ ਹੁੰਦਾ, ਗੋਗੜ ਗੋਗੜ ਮੇਰੇ ਮਿੱਤਰੋ। ਪੰਜ ਵਾਲਾ ਵੀ ਰਨ, ਜਿੱਕੇ ਤਿੰਨ, ਸਨਮਾਨ ਇੱਕੀ ਸੌ ਦਾ। ਢਿੱਲਾ ਨਾ ਖੜਵਾਈ, ਕਿਹੜਾ ਹੋ ਗਿਆ ਖੜ ਯਾਰ। ਵੱਡੇ ਮਾਨ ਹੋਣਗੇ, ਵੱਡੇ ਮਾਨ ਹੋਣਗੇ। ਮੈਚ ਕਹਿੰਦੇ ਸਮਾਪਤੀ ਦੇ ਵੱਲ ਜਾ ਰਿਹਾ ਮੇਰੇ ਵੀਰ। ਉਧਰਲੇ ਪਾਸੇ ਮੁੰਡਾ ਕਹਿੰਦੇ ਬਾਲ ਬਾਲ ਲਈ ਫੇਰ ਖੇਡ ਗਰਾਊਂਡ ਦੇ ਅੰਦਰ ਕਹਿੰਦੇ ਤਿਆਰ ਹੈ, ਤੇ ਬਾਕੀ ਕਹਿੰਦੇ ਬੱਲੇ ਬੱਲੇ ਆ ਮੇਰੇ ਵੀਰ। ਜਲਦੀ ਬਾਲਾ ਪਾ ਦੇ, ਜਲਦੀ ਬਾਲਾ ਪਾ ਦੇ, ਪਾਈਏ ਪਾਈਏ ਬਾਲਾ। ਸਾਉਣ ਵਾਲਾ ਵੀ ਸ਼ੇਰਾਂ ਦਾ ਧਰਾ ਮੇਰੇ ਮਿੱਤਰੋ, ਬੰਦ ਵੀ ਆ ਸਰੀਰ ਵੀ ਆ ਤੇ ਸਾਰੇ ਦਾ ਚੱਕੀ ਫਿਰਦਾ ਮੇਰੇ ਮਿੱਤਰੋ। ਗੱਲਾਂ ਟਕਾਣੇ ਆ ਪੀਐਸ ਸਾਉਣ, ਮੰਨਣੀ ਵਾਲਾ ਪਿਆਰ ਹੈ, ਖੜਕ ਦੇ ਸਪੀਕਰ ਹੈ, ਨਾਭੇ ਅੱਜ ਹਵਾਈ, ਕਈਆਂ ਦੇ ਨਾਲੇ ਭੁਰਕ ਭੁਰ ਦੁਰਦੇ ਹੋਣੇ ਆ, ਸ਼ਾਮ ਨਾਲ ਹਲਵਾਈ ਨਾਭੇ ਚ ਕਈਆਂ ਦੇ ਨਾਲ ਭੁਰਕ ਭੁਰ ਦੁਰਦੇ ਹੋਣੇ ਆ। ਚਾਰ ਬਾਲਾ ਸੋਲਾ ਰਹਿ ਗਏ। ਉਧਰ ਮਲੇਸ਼ੀਆ ਵਾਲੇ ਹੁਸਨ ਦਾ ਵੀ ਕਹਿੰਦੇ ਧੰਨਵਾਦ ਕਰਦੇ ਆ, ਬੇਅੰਤ ਕਹਿੰਦੇ ਮਲੇਸ਼ੀਆ ਵਾਲਾ ਵੀਰ ਸਾਡਾ ਬਾਕੀ ਕਹਿੰਦੇ ਇਹ ਸਾਰੀ ਬਾਲਾਂ
ਭਾਈ ਮੈਚ ਦਾ ਸਾਹਮਣੇ ਆਊਗੀ ਜ਼ੋਰ ਲਾ ਕੇ ਮਾਰਦੀ ਸਾਹਮਣੇ ਦੱਸੋ ਜ਼ੋਰਦਾਰ ਜਿੱਥੇ ਜਿੱਥੇ ਦਰਸ਼ਕ ਬੈਠੇ ਹੈ ਟੀਮਾਂ ਨੇ ਬੈਠੇ ਹੈ ਗੱਲਾਂ ਟਿਕਾਣੇ ਹਾਂ ਮੇਰੇ ਮਿੱਤਰੋ ਸਾਧੂ ਸਿੰਘ ਦੇ ਮੇਲੇ ਦੇ ਉੱਪਰ ਐਨ ਗੱਲਾਂ ਟਿਕਾਣੀਆਂ ਨੇ ਕੋਈ ਘਾਟ ਨਹੀਂ ਛੱਡੀ ਵੀਰਾਂ ਨੇ ਕਿਸੇ ਗੱਲ ਦੀ ਘਾਟ ਨਹੀਂ ਛੱਡੀ ਮੇਰੇ ਮਿੱਤਰੋ ਗੱਲਾਂ ਟਿਕਾਣੇ ਖੇਡ ਦੇ ਮੈਦਾਨ ਦੇ ਵਿੱਚ ਵੀ ਮਿਹਨਤ ਕੀਤੀ ਹੈ ਮਿਹਨਤਾਂ ਦੀ ਸਾਹੀ ਕਿਸੇ ਗੱਲ ਦੀ ਚਿੰਤਾ ਦੀ ਸੋਚ ਕਿੰਨਾ ਵੱਡੀ ਹੈ ਬਾਕੀ ਗੱਲ ਰੱਬ ਤੇ ਛੱਡੀ ਹੈ ਛੱਡੀ ਹੈ ਅਗਲੀ ਬਾਲ ਤਿੰਨ ਬਾਲਾਂ ਛੱਕੇ ਤਿੰਨ 2100 ਪਹਿਲਾ ਪਹਿਲਾ ਵੱਜ ਗਿਆ ਦੋ ਛੱਕੇ ਰਹਿ ਗਏ 2100 ਦਿੱਤਾ ਜਾਣਾ ਦੋ ਛੱਕੇ ਰਹਿ ਗਏ ਗੌਰਵੇ ਜਿਹੜੇ ਜਿਹੜੇ ਕਹਿੰਦੇ ਛੱਕੇ ਵੱਜਣਗੇ ਤਾੜੀ ਮਾਰ ਕੇ ਦੱਸੋ ਹੈਰ ਕਹਿੰਦੇ ਸਮਾਜ ਸਰਸੋ ਰਿਖਾਣ ਵੱਲੋਂ 2600 ਹੋ ਗਿਆ ਮੇਰੇ ਮਿੱਤਰੋ ਤੋ ਵਾਲਾ 2600 ਕੀ ਹੈ ਡੈਡ ਬਾਲ ਹੈ ਜੀ ਡੈਡ ਬਾਲ ਹੈ ਡੈਡ ਬਾਲ ਹੈ ਦੋ ਬਾਲਾਂ ਨੂੰ ਚਾਬਾ ਪਰਮਿੰਦਰ ਬਹੁਤ ਵਧੀਆ ਬਾਈ ਵਿੱਚ ਪਰਵਾਰੀ ਨਾਲ ਪੈ ਗਿਆ 3100 ਹੋ ਗਿਆ ਮੇਰੇ ਮਿੱਤਰੋ 3100 ਦੀਆਂ ਦੋ ਬਾਲਾਂ ਪੈਣਗੀਆਂ 9 ਰਨ 3100 ਰਾਤਾ ਕਾਲਾ ਰਿਹਾਨ ਰਾਤਾ ਕਾਲਾ ਬਦੋਬਰਾ ਗੱਲਾਂ ਲੱਗੀਆਂ ਟਿਕਾਣੇ ਇੱਕ ਬਾਲ 9 ਰਹਿ ਗਏ ਹੁਣ ਤਾਂ ਉਹਨੂੰ ਲਿਆਉਣਾ ਪਊ ਸੀਰਦਨ ਸ਼ਾਹ ਉਹ ਚਮਤਕਾਰ ਫਿਲਮ ਵਾਲੇ ਨੂੰ ਵੀ ਉਹ ਸੜਕੇ ਨਾਲ ਨੂੰ ਕਰਾ ਦੇ ਵਿੱਚ ਡੇਟਾ ਮੇਟਾ ਕਰਦੇ ਹੋਏ ਨਹੀਂ ਫਿਰ ਕੋਈ ਮਿਲ ਗਿਆ ਰੇ ਯਾਤੂ ਨੂੰ ਬਣਾਓ ਧੁੱਪ ਬਹੁਤ ਹੈ ਆ ਸਕਦਾ ਹੁਣ ਤਾਂ ਉਹਦੀ ਸ਼ਕਤੀ ਕੰਮ ਵੀ ਕਰੂਗੀ ਵੀ ਕੋਈ ਮਿਲ ਗਿਆ ਰੇ ਯਾਤੂ ਨੂੰ ਬਣਾਉਣਾ ਪਊ ਫਿਰ ਉਹ ਗੁਰੂ ਦਾ ਥੂਕ ਥੂਕ ਪਾਤੂ ਹੈ ਧੁੱਪ ਨੀ ਘਰ ਨੀ ਕੋਈ ਅੱਜ ਗੱਲਾਂ ਲੱਗਣੀਆਂ ਟਿਕਾਣੇ ਮੇਰੇ ਮਿੱਤਰ ਇੱਕ ਵਾਰ 9 ਰਨ ਚਲੈਨਰ ਦੇਖੀ ਮੇਰਾ ਹੱਥ ਇੱਥੇ ਚਮਤਕਾਰ ਫਿਲਮ ਵਾਲਾ ਸੀਰਦਨ ਸ਼ਾਹ ਸੜਕੇ ਇੱਧਰ ਜ਼ਰੂਰ ਕਰਾ ਦੇਵੇ ਸਿੱਧੀ ਪਾਉਣੀ ਪੈਣੀ ਹੈ ਇੱਕ ਵਾਰ 9 ਰਨ ਰਨ ਚੇਂਜ ਹੋਵੇ 3100 ਦਿੱਤਾ ਜਾਣਾ ਮੇਰੇ ਮਿੱਤਰੋ ਅਗਲੀ ਬਾਲ ਆਹ ਬਾਲ ਦੇ ਫੈਸਲੇ ਸੈਮੀ ਫਾਈਨਲ ਦੀਆਂ ਟਿਕਟਾਂ ਮੈਂ ਸਮਾਪਤ ਜਿੱਤ ਗਈ ਚੈਨਲ ਦੀ ਟੀਮ ਮੇਰੇ ਮਿੱਤਰੋ ਬਾਈ ਜੇ ਮੈਚ ਦਾ ਸਵਾਲ ਹੈ ਜਿੱਤਿਆ ਕੋਈ ਮਰ ਜਾਏ ਇੱਕ ਤਾੜੀ ਮਾਰ ਦੋ ਜੋਰਦਾਰ ਆਓ ਜੀ ਫਸਟ ਸੈਮੀ ਦੀਆਂ ਟੀਮਾਂ